ਤੇ ਵੀਡੀਓ ਚ ਥੋੜਾ ਜਿਹਾ ਗੱਲਾਂ ਹਾਸੇ ਠੱਠੇ ਵਾਲੀਆਂ ਵੀ ਹੋਣਗੀਆਂ ਕਿਉਂਕਿ ਕਈਆਂ ਨੂੰ ਬਾਈ ਦੇ ਸੁਭਾਅ ਦਾ ਪਤਾ ਹੈ ਤੇ ਉਹ ਘਰ ਦੇ ਛੱਤਰ ਮਾਰਦੇ ਸੀਗੇ ਰਾਤ ਦੇ ਲੱਕਣੀ ਨਹੀਂ ਦਿੰਦੇ ਸੀਗੇ ਅੱਛਾ ਮੁੜਾ ਪੈਂਦਾ ਜਿਹੜਾ ਚਾਰੇ ਚੱਕ ਕੇ ਅੱਜ ਦੇ ਟਾਈਮ 'ਚ ਜਿਹੜਾ ਇੱਕ ਮੁੱਢ ਚੱਲਦਾ ਪਹਿਲਾਂ ਉਹ ਚੱਲਦੇ ਸੀ ਦੋ ਮੁੱਢ ਹੋ ਜਾਂਦੇ ਸੀ ਉਸਤਾਦ ਤਾਂ ਆਪਣੇ ਯਾਰ ਬਾਈ ਜੀ ਤਾਂ ਭਰਾ ਹੀ ਆ ਉਸਤਾਦ ਵੀ ਨਹੀਂ ਕਹਿ ਸਕਦੇ ਮੰਨ ਲਾ ਸੁੱਖਰ ਵਾਲੇ ਦੀ ਉਹ ਸੀ ਗੱਲ ਯਾਰ ਵੀ ਉੱਥੇ 25-25 ਹਜ਼ਾਰ ਵਾਧਾ ਲੱਗਿਆ ਸੀ ਤੇ ਮਤਲਬ 5000 ਐਂਟਰੀ ਸੀ ਤਰਕਬੂਤਰ ਸੀ ਉੱਥੇ ਵਾਧਾ ਵੁੱਧਾ ਵੀ ਪਤਾ ਨੀ ਕਿੰਨਾ ਕਿਤੇ ਲੱਗਿਆ ਵਾ ਸੀ ਪੂਰੀ ਮਤਲਬ ਪੰਜਾਬ ਦੀ ਸਭ ਤੋਂ ਵੱਡੀ ਬਾਈ ਸੀ ਉਹ ਬਾਜੀ ਚਾਰਾਂ ਜ਼ਿਲ੍ਹਿਆਂ ਵਾਲੀ ਗੱਲ ਕਰਦੇ ਚਾਰੇ ਜ਼ਿਲ੍ਹੇ ਸੀ ਉੱਥੇ ਮੰਨ ਲਾ ਪਹਿਲੇ ਦਿਨ ਤਾਂ ਬਠਿੰਡੇ ਚ ਆ ਗਿਆ ਗੋਬਿੰਦਪੁਰਾ ਆ ਢੇਰਮਾ ਦੂਜੇ ਦਿਨ ਫਰੀਦਕੋਟ ਆ ਗਿਆ ਤੀਜੇ ਦਿਨ ਲੁਧਿਆਣਾ ਸੀ ਚੌਥੇ ਦਿਨ ਮਾਨਸਾ ਸੀ ਬੁਰਜ ਜੱਬਰ ਚਾਰੇ ਜ਼ਿਲ੍ਹੇ ਜਿੱਤੇ ਚਾਰੇ ਜ਼ਿਲ੍ਹੇ ਚਾਰਾਂ ਦਿਨਾਂ ਚ ਚਾਰਾਂ ਦਿਨਾਂ ਚ ਸਤਿ ਸ਼੍ਰੀ ਅਕਾਲ ਬਾਈ ਸਟਾਰ ਕਬੂਤਰਬਾਜ਼ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਟਾਰ ਕਬੂਤਰਬਾਜ਼ ਚੈਨਲ ਤੇ ਮੈਂ ਕੁਲਦੀਪ ਸਿੰਘ ਢਿੱਲਮਾ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਦਰਸ਼ਕ ਵੀਰਿਓ ਇੰਟਰਵਿਊ ਦੀ ਲੜੀ ਅੱਗੇ ਵਧਾਉਂਦੇ ਹੋਏ ਅੱਜ ਮੈਂ ਬੈਠਾ ਪਿੰਡ ਲਾਂਬਵਾਲੀ ਤੇ ਬਿਲਕੁਲ ਬਾਜੇ ਖਾਨੇ ਦੇ ਨਾਲ ਪਿੰਡ ਹੈ ਤੇ ਫਰੀਦਕੋਟ ਜ਼ਿਲ੍ਹਾ ਪੈਂਦਾ ਬਹੁਤ ਸੁਪਰਸਟਾਰ ਖਿਡਾਰੀ ਬਹੁਤ ਸਤਿਕਾਰਯੋਗ ਉਸਤਾਦ ਬਾਈ ਭੁੱਟੋ ਲਾਂਬਵਾਲੀ ਜੀ ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਚਾਨਣਾ ਤੁਹਾਡੇ ਸਾਹਮਣੇ ਪਾਉਣਾ ਮੈਂ ਉਸਤਾਦ ਕਿਵੇਂ ਇਸ ਫੀਲਡ ਦੇ ਵਿੱਚ ਆਉਂਦਾ ਜਾਂ ਕਿਵੇਂ 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 ਕਬੂਤਰਬਾਜ਼ੀ ਨੂੰ ਚੂਜ਼ ਕਰਦੇ ਨੇ ਆਪਣੀ ਜ਼ਿੰਦਗੀ 'ਚੋਂ ਨਿਕਲ ਕੇ ਇੱਧਰਲੇ ਪਾਸੇ ਆਉਂਦੇ ਨੇ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਡਿਸਕਸ ਇਸ ਤੋਂ ਪਹਿਲਾਂ ਮੈਂ ਧੰਨਵਾਦ ਕਰੂੰਗਾ ਬਹੁਤ ਸਤਿਕਾਰਯੋਗ ਉਸਤਾਦ ਜੀਤਾ ਚਰਨਵਾਲ ਜੀ ਉਹਨਾਂ ਦੀ ਬਦੌਲਤ ਅੱਜ ਇਹ ਵੀਡੀਓ ਜਿਹੜੀ ਹੋਣ ਜਾ ਰਹੀ ਹੈ ਕਿਉਂਕਿ ਬਾਈ ਨੇ ਹੀ ਜ਼ੋਰ ਪਾਇਆ ਬਾਈ ਤੇ ਆਣ ਦਿੰਦਾ ਬਾਈ ਦਾ ਪੈਰ ਤੇ ਪਾਣੀ ਤੇ ਪਹਿਲਾਂ ਆਪਾਂ ਕਰਦੇ ਹਾਂ ਬਾਈ ਦਾ ਸਵਾਗਤ ਫਿਰ ਕਰਾਂਗੇ ਗੱਲਾਂ ਬਾਤਾਂ ਖੁੱਲ੍ਹ ਕੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਕੁਲਦੀਪ ਬਹੁਤ ਤੇਰਾ ਧੰਨਵਾਦ ਜਿਹਨੇ ਤੂੰ ਇੱਥੋਂ ਤੱਕ ਪਹੁੰਚਿਆ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੇ ਵੀਡੀਓ 'ਚ ਥੋੜ੍ਹਾ ਜਿਹਾ ਗੱਲਾਂ ਹਾਸੇ ਠੱਠੇ ਵਾਲੀਆਂ ਵੀ ਹੋਣਗੀਆਂ ਕਿਉਂਕਿ ਕਈਆਂ ਨੂੰ ਬਾਈ ਦੇ ਸੁਭਾਅ ਦਾ ਪਤਾ ਤੇ ਇੰਜੋਇਮੈਂਟ ਫੁੱਲ ਕਰਾਂਗੇ ਆਪਾਂ ਤੇ ਬਾਈ ਨਾਲ ਕਰਦੇ ਆਂ ਗੱਲਾਂ ਬਾਤਾਂ ਕਿਵੇਂ ਕਿਵੇਂ ਬਾਈ ਦਾ ਜਿਹੜਾ ਕੋਈ ਸਬੱਬ ਬਣਦਾ ਬਾਈ ਜੀ ਸਭ ਤੋਂ ਪਹਿਲਾ ਸਵਾਲ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕਬੂਤਰਬਾਜ਼ੀ ਕਰਦੇ ਹੋ ਗਏ 30 ਸਾਲ ਹੋ ਗਏ ਰੱਖਿਆ ਨੂੰ ਕੁਲਦੀਪ ਹੂੰ ਪਹਿਲਾਂ ਤਾਂ 2 ਸਾਲ ਤਾਂ ਪਾਸੇ ਹੀ ਰੱਖੇ ਹੂੰ ਮਤਲਬ ਬੋਰੀਆਂ ਚ ਕਾਇ ਘਰੇ ਘਰੇ ਉਰੇ ਇੱਥੇ ਪਿੰਡ ਹੀ ਹਾਂ ਫਿਰ ਹੌਲੀ ਹੌਲੀ ਬਸ ਚਾਚੇ ਦੇ ਘਰੇ ਰੱਖ ਲਏ ਮਤਲਬ ਚਾਚੇ ਕਿਉਂ ਫੇਰ ਆਉਦੇ ਘਰੇ ਲੈਂਦੇ ਸੀ ਤਿੰਨ ਥਾਂ ਬਦਲ ਗਏ ਤੀਜੇ ਥਾਂ ਘਰੇ ਆਏ ਤੇ ਉਹ ਸ਼ੁਰੂਆਤ ਜਦ ਤੁਸੀਂ ਬੋਰੀਆਂ ਦੇ ਘਰੇ ਕਹਿੰਦੇ ਵੀ ਰੱਖੇ ਬੋਰੀਆਂ ਪਰਿਵਾਰਾਂ ਚ ਰੱਖੇ ਉਦੋਂ ਕੋਈ ਰੋਕ ਟੋਕ ਸੀ ਜਾਂ ਕਿ ਰੋਕ ਟੋਕ ਘਰ ਦੇ ਛੱਤਰ ਮਾਰਦੇ ਸੀਗੇ ਰਾਤ ਦੇ ਲੱਕਣੀ ਨਹੀਂ ਦਿੰਦੇ ਸੀਗੇ ਅੱਛਾ ਮੁੜਾ ਪੈਂਦਾ ਜਿਹੜਾ ਚਾਰੇ ਚੱਕ ਕੇ ਸ਼ੌਂਕ ਕਿਵੇਂ ਪੈਂਦਾ ਸ਼ੌਂਕ ਮੇਰੇ ਤਾਏ ਜੀ ਦੇ ਰੱਖੇ ਵੀ ਤੇ ਤਾਇਆ ਜੀ ਨੂੰ ਅਲਾਓ ਸੀਗਾ ਰੱਖਣ ਦਾ ਤਾਏ ਜੀ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਮੰਨ ਲਾ ਸੀ 15 ਸਾਲ ਕਬੂਤਰ ਛੱਡੀ ਰੱਖੇ ਉਹਨੇ ਓਕੇ ਮੈਂ ਸੀਗਾ 6 ਸਾਲ ਦਾ 7-8 ਸਾਲ ਦਾ ਉਹ ਜਦੋਂ ਤੁਸੀਂ ਰੱਖਿਆ ਉਹ ਤਾਏ ਦੇ ਰੱਖੇ ਹੁੰਦੇ ਜਦੋਂ ਅੱਛਾ ਮੰਨ ਲਾ ਉਸ ਤੋਂ ਬਾਅਦ ਫਿਰ ਮੰਨ ਲਾ ਹੋ ਗਏ 30 ਸਾਲ ਦੇ ਨੇੜੇ ਹੋ ਹੀ ਗਿਆ 20 ਸਾਲਾਂ ਦਾ ਹੀ 20 ਸਾਲਾਂ ਦਾ ਸਾਨੂੰ ਸ਼ੌਕ ਪੈ ਗਿਆ ਪੂਰਾ ਓਕੇ ਫਿਰ ਘਰੇ ਲਿਆਉਣ ਦਾ ਕਿਵੇਂ ਸਬੱਬ ਬਣਦਾ ਘਰੇ ਤਾਂ ਫਿਰ ਜਦੋਂ ਅੱਗ ਹੀ ਅੰਦਰ ਇੰਨੀ ਸੀਗੀ ਤੈਨੂੰ ਪਤਾ ਫਿਰ ਘਰੇ ਤਾਂ ਆਈ ਜਾਂਦੇ ਕਿੰਨੀ ਉਮਰ ਸੀ ਜਦੋਂ ਘਰੇ ਲਿਆਉਂਦੇ ਉਮਰ ਬਸ ਸੀਗੀ 25-26 ਸਾਲ 97-98 ਸਾਲ 'ਚ ਮੇਰਾ ਵਿਆਹ ਹੋ ਗਿਆ ਜੀ ਹਾਂ ਉਦੋਂ ਮਗਰੋਂ ਸਾਲ 2 ਸਾਲ ਮਗਰੋਂ ਧਿਆਨ ਦੇ ਕਰਦੀ ਤੇ ਫਿਰ ਬਾਪੂ ਨੇ ਕੋਈ ਕਰਿਆ ਨਹੀਂ ਪ੍ਰਾਇ ਬਾਪੂ ਨੇ ਕੀ ਕਰਨਾ ਬਾਜੀਆਂ ਪਾਉ ਤੂੰ ਤੇ ਬਾਜੀਆਂ ਜਿੱਤਣ ਲੱਗ ਗਏ ਹਾਂ ਪਹਿਲਾਂ ਹੀ ਸ਼ੁਰੂ ਜਦੋਂ ਘਰੇ ਲਿਆਂਦੀ ਜਾਂ ਘਰੇ ਲਿਆਉਣ ਤੋਂ ਪਹਿਲਾਂ ਹੀ ਲੱਗੇ ਸੀ ਨਹੀਂ ਪਹਿਲਾਂ ਵੀ ਜਨੇ ਮਲਾ ਹੀ ਬਾਜੀਆਂ ਸੀਜ਼ਨ 'ਚ 5-4 ਛੱਡਦੇ ਹੀ ਹਾਂ 5-4 ਹੀ ਸਾਡੇ ਵਧੀਆ ਉੱਡ ਜਾਂਦੇ ਉੱਤਰ ਵਿੱਚ ਹੂੰ ਛੱਡਣ ਕਦੋਂ ਲੱਗਿਓ ਫਿਰ ਬਾਜੀਆਂ ਛੱਡਣ ਤਾਂ ਯਾਰ ਅਸੀਂ ਉਹ 2000 ਘੱਟੋ ਘੱਟ ਮਿਲਣਾ ਦਾ ਹੋਊਗੀ 96-97 ਹੀ ਗਿਲਾ ਗੱਲ ਹੋਊਗਾ ਨਾ ਹੂੰ ਅਸੀਂ ਨਿਓਰ ਛੱਡੀ ਪਹਿਲੀ ਬਾਜੀ ਹਾਂ ਸਾਡੀ ਯਾਰ ਕਿੰਨਾ ਮੁੱਢ ਕਿੰਨਾ ਸੀ ਉਹ ਜ਼ਰੂਰ ਦੱਸੋ ਉਹਦੇ ਯਾਰ ਉਦੋਂ ਹੋਊਗਾ 300 ਹੋਊ ਮੈਨੂੰ ਲੱਗਦਾ ਵੱਡਾ ਮੁੱਢ 300 ਜਾਂ ਮਤਲਬ ਪਹਿਲਾਂ ਤੁਸੀਂ 300 ਦਾ ਛੱਡਿਆ ਦੋ ਮੁੱਢ ਸੀ ਇਹ ਹਾਂ ਮੈਂ ਤਾਂ ਬਾਜੀ ਤੇ ਵੀ ਨਹੀਂ ਗਿਆਗਾ ਹਾਂ ਇਹ ਅੰਗਰੇਜ਼ਾ ਹੀ ਗਿਆ ਸੀ ਤੇ ਇੱਕ ਬਾਈ ਜੱਗਾ ਮਰ ਗਿਆ ਉਹ ਹਾਂ ਸਾਡੇ ਪਿੰਡ ਦਾ ਬਹੁਤ ਮਸ਼ਹੂਰ ਬੰਦਾ ਹੀ ਉਹ ਜੀ ਉਤਰਬਾਜ ਜੀ ਤੇ ਮਤਲਬ ਉਹਨਾਂ ਨੇ ਛੱਡੇ ਜੀ ਰਮਾਨਾ ਨੇ ਡਾਕਟਰ ਨੇ ਉਦੋਂ ਵੰਡੀ ਜਾ ਸੀ ਬਾਜੀ ਅੱਛਾ ਉੱਥੇ ਪਹਿਲੀ ਬਾਜੀ ਜਿੱਤ ਕੇ ਪਹਿਲੀ ਵੰਡੀ ਜਾ ਸੀ ਤੁਸੀਂ ਜ਼ਿਕਰ ਕੀਤਾ 300 ਤੇ 500 ਦੋ ਮੁੱਢ ਸੀ ਹਾਂ ਉਹ ਕੀ ਕਿਉਂਕਿ ਪਤਾ ਕੀ ਹੈ ਦਰਸ਼ਕ ਵੀਰੋ ਅੱਜ ਦੇ ਟਾਈਮ 'ਚ ਜਿਹੜਾ ਇੱਕ ਮੁੱਢ ਚੱਲਦਾ ਪਹਿਲਾਂ ਉਹ ਚੱਲਦੇ ਸੀ ਦੋ ਮੁੱਢ ਹੋ ਜਾਂਦੇ ਸੀ ਉਹ ਕੋਈ ਮਾੜਾ ਬੰਦਾ ਤੇਰਾ ਛੋਟੇ ਛੱਡ ਲੈਂਦਾ ਯਾਰ ਜੇ ਕੋਈ ਚੰਗਾ ਹੀ ਉਹ ਵੱਧ ਛੱਡ ਲੈਂਦਾ ਤੇ ਉਹਦੀ ਫਿਰ ਜਿੱਤ ਦਾ ਕਿਵੇਂ ਜਿੱਤ ਜੇ ਤਾਂ ਮੰਨ ਲਾ 500 ਵਾਲਾ ਜਿੱਤ ਗਿਆ ਉਹ ਤਾਂ ਸਾਰੇ ਲੈ ਜਾਂਦੇ ਸਾਰੇ ਲੈ ਗਏ ਜੇ ਮੰਨ ਲਾ 300 ਵਾਲਾ ਜਿੱਤ ਗਿਆ ਜਿਹੜੀ ਉਤਲੀ 200 ਆ ਜਿਹੜਾ ਥੱਲੇ 500 ਵਾਲਾ ਹਾਰਦਾ ਹੀ ਉਹ ਉਤਲੀ 200 ਹੋ ਲੈ ਜਾਂਦੇ
100 कबूतर बाजी अठा दस मेनू लगता उन्होंने बंड दी साडी रात नूं नहीं बैठी। अच्छा दूजे दिन फड़ के लाए सी उदो भी इन्ने कबूतर हो जांदे सी भाई उदो भी हो जांदे 100-100 300-300 मोटे च कोई 500 च बलदेव सिंह मेरे लेडी हरदेव सिंह जो जिक्र किया चाचे घरों बाद कबूतर लेके आए उदो तुसी बाजियां छड्डन लगे उदो छड्डन लग गए मुड़ के फिर घरदियां नूं माड़ा मोटा शौक हो गया गुरदेव ने घड़िया ने दूसर सामी साडी हां पहले दिन तो चला भी सामभ लिया मान ला बाजी का साड़ा कला ही रह गया पर उस्ताद अपना यार बाई जी तो भरा ही है उस्ताद भी नहीं कह सकते मान ला लोगों बारे अपना उस्ताद है पर अपने भाई का अपना भरा है वड्डा जिन्ने चेले सब मैदान छड्ड के भज गए आपां अज भी खड़े हां वैसे जुड़े कदों तुसीं इह जरूर दस्सो जुड़े मैनूं लगदा 2006-2005-2006 दी गल बई हैना जिद्दे मान ला आपां वीए दस्सर जित्ती आ ओह 6 दी गल 2000 ਉਦੋਂ ਦਾ ਤੁਸੀਂ ਬਾਈ ਨਾਲ ਜੁੜੇ ਹੋ ਹਾਂ ਕਿਉਂਕਿ ਦਰਸ਼ਕ ਵੀਰ ਇੱਕ ਗੱਲ ਮੇਰੇ ਵੀ ਇਹ ਜਹਨ ਦੇ ਵਿੱਚ ਸੀਗੀ ਵੀ ਪੁੱਟੋ ਲਾਂਬਵਾਲੀ ਦਾ ਜਿਹੜਾ ਉਸਤਾਦ ਆ ਉਹ ਕੌਣ ਆ ਨਹੀਂ ਮਤਲਬ ਕਲੀਅਰ ਸੀਗਾ ਲੋਕਾਂ ਨੂੰ ਤੇ ਬਾਈ ਨੇ ਅੱਜ ਡਿਸਕਸ ਕੀਤਾ ਵੀ ਉਸਤਾਦ ਜੀਤਾ ਚਰਨ ਨਾਲ ਚਲੋ ਭਰਾਵਾਂ ਤੌਰ ਤੇ ਦੱਸਿਆ ਜਾਂ ਜਿਵੇਂ ਵੀ ਬਾਈ ਉਹ ਆਪਣੀ ਬਾਈ ਦੀ ਸ਼ਾਨ ਕਿਵੇਂ ਆਪਾਂ ਤੋਂ ਬਾਈ ਨੇ ਲਿਆ ਦਿੱਤਾ ਕੋਈ ਡੱਕਾ ਵੀ 1 ਰੁਪਿਆ ਵੀ ਯਾਰ ਵੀ ਆਪਾਂ ਐਵੇਂ ਕਹਿੰਦੇ ਵੀ ਆਪਾਂ ਤੋਂ ਪੈਸੇ ਲਏ ਹਨ ਕੁਛ ਨਹੀਂ ਲਿਆ ਆਪਾਂ ਤੋਂ ਯਾਰ ਓਕੇ ਉਦੋਂ ਦਾ ਹੀ ਤੁਹਾਡਾ ਚੱਲੀ ਜਾਂਦਾ ਸਰ ਮੰਨ ਲਾ ਜੀ ਪਹਿਲੀ ਬਾਜੀ ਜਿੱਦੇ ਬਾਈ ਨੇ ਦੱਸਿਆ ਦੁਸਰ ਛੱਡੀ ਬੰਮੀਏ ਇੱਕ ਤਾਂ ਸਾਡੀ ਛੱਬੀ ਨੇ ਜਿਹੜੀ ਸਾਂਭੀ ਸੀ ਉਹ ਤਾਂ ਛੱਡਣ ਨਹੀਂ ਦਿੱਤੀ ਮੰਨ ਲਾ ਜਿਹੜੀ ਅਸੀਂ ਸਾਂਭੀ ਘਰੇ ਵੀ ਬਾਈ ਨੇ ਦੱਸ ਕੇ ਸੰਭਾਈ ਸੀ ਉਹ ਅਸੀਂ ਠੱਲਾ ਜਿੱਤੀਆਂ ਸਿਆਉਣੇ ਦੀਆਂ ਕਿਹੜੇ ਸਾਲ ਦੀ ਗੱਲ ਹੈ ਇਹ 2000 ਜਾਂ 6-7 ਦੀ ਗੱਲ ਹੋਊ ਬਾਈ ਉਸਤਾਦ ਧਾਰਨ ਤੋਂ ਬਾਅਦ ਹੀ ਮੰਨ ਲਓ ਬਾਈ ਹਾਂ ਪਹਿਲੀ ਬਾਜੀ ਉਹ ਛੱਡਦੇ ਆ ਮੰਨ ਲਾ ਮਤਲਬ ਤੁਸੀਂ ਰਸਮ ਕੋਈ ਨਹੀਂ ਕੀਤੀ ਤੁਹਾਡਾ ਸਹਿਚਾਰੀ ਇੰਨਾ ਸਹਿਚਾਰੀ ਇੰਨਾ ਜੀ ਕੋਈ ਰਸਮ ਨਹੀਂ ਕੀਤੀ ਅੱਜ ਵੀ ਨਹੀਂ ਕੀਤੀ ਰਸਮ ਅਸੀਂ ਜਮਾ ਕੋਈ ਉਹ ਬਾਤ ਤੁਹਾਡੇ ਦਿਲ ਦੀ ਇੱਛਾ ਜੋ ਵੀ ਜਿਵੇਂ ਮੰਨਦੇ ਜਿਵੇਂ ਕਹਿੰਦਾ ਯਾਰ ਆਪਾਂ ਬਾਜੀ ਤੇ ਵੀ ਪੁੱਛ ਲਾ ਜੇ ਆਪਣਾ ਕਿਤੇ ਫਿਰਦਾ ਉਹਦੇ ਹੁਣ ਸੁੱਖਣ ਵਾਲੇ ਬਾਈ ਆਪਾਂ ਜਿੱਤਿਆ ਇਹਨੇ ਫੋਨ ਤੇ ਹੀ ਵੰਡਤੀ ਬਾਜੀ ਵੀ ਬਾਈ ਕੋਲੇ ਬੈਠੇ ਵਿੱਕੀ ਕੋਲੇ ਇਹ ਅਸੀਂ ਤਾਂ ਕੋਠੇ ਤੇ ਸੀਗੇ ਆਪਾਂ ਸਭ ਨੂੰ ਜਵਾਬ ਦਿੱਤਾ ਵੀ ਨਹੀਂ ਬਾਜੀ ਹੁੰਦੀ ਕਿਸੇ ਨਾ ਇਹਨੇ ਮੈਂ ਬਾਜੀ ਵੰਡਤੀ ਮੈਂ ਤੂੰ ਵੰਡਤੀ ਫੇਰ ਕੀ ਹੈ ਯਾਰ ਓਕੇ ਹੋਰ ਉਸਤਾਦ ਆ ਬਾਈ ਜਿਹੜੇ ਜਿਹੜੀ ਕਦਰ ਬਣਦੀ ਆ ਹੁਣ ਜੇ ਮੈਂ ਮੈਂ ਆਪਦੇ ਤੇ ਗੱਲ ਬਾਈ ਤੇ ਚਲੋ ਬਾਈ ਦੀ ਗੱਲ ਕਰੀਏ ਉਹਨੂੰ ਵਰਤ ਜਾਂਦਾ ਕੁਲਦੀਪ ਕਹਿੰਦਾ ਬਿਲਕੁਲ ਬਾਈ ਹੁਣ ਮੈਂ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਸੀਗਾ ਬਾਈ ਮੈਂ ਕਹਿੰਦਾ ਵੀ ਮੇਰੀ ਬਾਹ ਫੜਨ ਵਾਲੀ ਬਾਈ ਜਿੱਤਾ ਤੇ ਅੱਜ ਚੈਨਲ ਚਲੋ ਮਾਲਕ ਦੀ ਕਿਰਪਾ ਨਾਲ ਤੁਹਾਡੀ ਕਿਰਪਾ ਨਾਲ ਥੋੜਾ ਜਿਹਾ ਪੈਰਾਂ ਤੇ ਹੋਇਆ ਪਿਆ ਸਟਾਰਟਿੰਗ ਦੇ ਵਿੱਚ ਜਦੋਂ ਮੈਨੂੰ ਆਪ ਨੂੰ ਡਰ ਲੱਗਦਾ ਹੁੰਦਾ ਕਿ ਵੀਡੀਓ ਕਰਨ ਵੇਲੇ ਉਦੋਂ ਬਾਈ ਨੇ ਬਲਜੀਤ ਲੱਲਾ ਵਾਲੇ ਦੀ ਵੀਡੀਓ ਕਰਾਈ ਸੀ ਜਦੋਂ ਕਿ ਲੱਲਾ ਨਾਲ ਬਲਜੀਤ ਵੀ ਛੇਤੀ ਕਿਸ ਤੋਂ ਇੰਟਰਵਿਊ ਨਹੀਂ ਕਰਾਉਂਦਾ ਮੇਰੇ ਖਿਆਲ ਇਹਨੂੰ ਬਾਅਦ ਚ ਵੀ ਨਹੀਂ ਕਰਵਾਈ ਤੇ ਆਪਣੇ ਵੀ ਚੈਨਲ 'ਚ ਬਾਈ ਬਹੁਤ ਬਹੁਤ ਵੱਡਾ ਆਪਾਂ ਰੋਟੀ ਰੋਟੀ ਪਾਇਆ ਮੈਨੂੰ ਮੈਂ ਇਹ ਗੱਲ ਕਹੂੰਗਾ ਬਾਈ ਤੇ ਅੱਛਾ ਬਾਈ ਇਹ ਬਾਈ ਤੋਂ ਪਹਿਲਾਂ ਤੁਸੀਂ ਕਹਿੰਦੇ ਬਾਜੀਆਂ ਛੱਡੀਆਂ ਉਦੋਂ ਫਿਰ ਜਿਹੜਾ ਖੇਡ ਪਾਣੀ ਸੋਰੋ ਕਿੱਥੇ ਖੇਡ ਪਾਣੀ ਉਹ ਮਾੜਾ ਮੋਟਾ ਚਾਚਾ ਹੀ ਸੀਗਾ ਸਾਡਾ ਮੈਂ ਲੌਂਗ ਲੈਜਿੰਗਾਂ ਨਾਲ ਪਾਣੀ ਪੂਣੀ ਕੁੱਟ ਕੇ ਦੇ ਦਿੰਦੇ ਸੀਗੇ ਬਸ ਉਹਨੇ ਉੱਡ ਡੱਡ ਜਾਂਦੇ ਲੈਜਿੰਗਾਂ ਨਹੀਂ ਉੱਡੀ ਗਏ ਲੈਜਿੰਗਾਂ ਨਹੀਂ ਉੱਡੀ ਗਏ ਕਬੂਤਰੀ ਸਾਡੇ ਏਰੀਏ 'ਚ ਨਾ ਕਬੂਤਰ ਮੰਨ ਲਾ ਵੀ ਧਰਨੇ ਵਾਲੇ ਬਾਈ ਗੁਰਦੇਵ ਕੇ ਘਰੋਂ ਹੀ ਲੋਕਾਂ ਕੋਲੇ ਖੇਡੇ ਆ ਠੀਕ ਹੈ ਸਾਡੇ ਏਰੀਏ ਕਬੂਤਰ ਚੰਗੇ ਸੀ ਮੰਨ ਲਾਲਚੀ ਨੇ ਜਿਹੜੇ ਕਬੂਤਰ ਹਾਂ ਜਿਹੜੇ ਧਰਨੇ ਵਾਲੇ ਪਿਓਰ ਕਬੂਤਰ ਸੀ ਅੱਛਾ ਤੁਹਾਡੇ ਕੋਲ ਕਿਵੇਂ ਆਏ ਹੋ ਸਾਡੇ ਕੋਲੇ ਸਾਡੇ ਜਿਹੜੇ ਮੈਂ ਤੁਹਾਨੂੰ ਦੱਸਿਆ ਬਾਈ ਜੱਗੇ ਵਰਗੇ
ਗਵਰਨਮੈਂਟ ਹੀ ਛੱਡੇ ਕਬੂਤਰ ਉਹਨਾਂ ਨੇ ਉਹ ਗਾਂ ਦੀਆਂ ਤੁਰਦਾ ਫਿਰਦਾ ਇੱਥੇ ਗੋਲੀ ਰਲ ਗਿਆ ਅਸੀਂ ਉਹ ਫੜ ਲਿਆ ਗਵਰਨਮੈਂਟ ਤੋਂ ਫੜ ਲਿਆ ਕਿੱਧਰ ਗਵਰਨਮੈਂਟ ਤੋਂ ਨਹੀਂ ਅਸੀਂ ਤਾਂ ਉਦੋਂ ਬਾਜੀ ਤੇ ਵੀ ਨਹੀਂ ਜਾਂਦੇ ਮਤਲਬ ਉਹੀ ਚੱਕ ਕੇ ਲਿਆਏ ਸੀਗੇ ਉਹ ਇੱਥੇ ਮਤਲਬ ਜਦੋਂ ਸ਼ੁਰੂ ਹੋਈ ਕਬੂਤਰ ਹੀ ਉੱਥੋਂ ਰੱਖੇ ਆ ਅੱਛਾ ਉਹ ਫੜ ਲਿਆ ਜੀ ਬੋਰੀਆਂ ਸਿੱਖਾਂ ਦੇ ਘਰੇ ਉੱਥੇ ਰੱਖੀ ਰੱਖਿਆ 40 ਸਾਲ 2 ਸਾਲ ਉੱਥੇ ਰੱਖੇ ਮੁੜ ਕੇ ਹੀ ਉਹਦੇ ਘਰੇ ਰੱਖ ਲਿਆ ਕਬੂਤਰ ਦਾ ਬਹੁਤ ਥਾਈ ਰੱਖਿਆ ਤੁਸੀਂ ਕਬੂਤਰ ਇੱਥੇ ਤੁਹਾਡੇ ਘਰੇ ਨਹੀਂ ਕਬੂਤਰ ਇਉਂ ਯਾਰ ਸੌਖਾਬਾਜੀ ਛੱਡ ਲੂ ਅਗਲਾ ਕੋਈ ਬਿਲਕੁਲ ਬਾਈ ਬਿਲਕੁਲ ਛੱਡਣੀ ਤੇ ਜਿੱਤਣੀ ਬਹੁਤ ਔਖੀ ਆਉਣੀ ਬੰਦੇ ਨਾਲ ਅਕਸਰ ਆਪਾਂ ਦੇਖਦੇ ਜਿਹਦੀ ਜਿਆਦਾ ਗੁੱਡੀ ਚੜ ਲਾ ਕੇ ਉਹਦੇ ਚੇਲੇ ਜਿਆਦਾ ਪੈਣ ਲੱਗ ਜਾਂਦੇ ਬੰਦਾ ਮਿਹਨਤ ਕਰੂ ਉਹਦੇ ਉੱਡਣਗੇ ਆਪਾਂ ਕਿਹੜਾ ਵੀ ਕਲੇ ਦੱਸੇ ਤੋਂ ਨੀ ਉੱਡਦੇ ਹਰੇਕ ਨਹੀਂ ਉੱਡਦੇ ਬਾਈ ਨਹੀਂ ਹੋਰ ਵੀ ਬਹੁਤ ਗੱਲਾਂ ਨੇ ਸਾਰਾ ਦਿਨ ਧੁੱਪੇ ਮੱਚਣਾ ਤੁਸੀਂ ਵੀ ਆਪ ਹੀ ਦੇਖ ਲਓ ਤੁਸੀਂ ਜਿੰਨਾ ਚਿਰ ਆਪਾਂ ਆਪ ਹੱਥੀ ਮਿਹਨਤ ਕਰਦੇ ਹਾਂ ਯਾਰ ਜਦੋਂ ਮਤਲਬ ਆਪਾਂ ਆਪ ਘਟਾ ਲਾਂਗੇ ਉਦੋਂ ਕਿੱਥੇ ਬਾਈਆਂ ਜਿੱਤ ਲਾਂਗੇ ਉਮਰ ਦੇ ਹਿਸਾਬ ਨਾਲ ਇੰਟਰਸਟ ਵੀ ਘਟ ਜਾਂਦਾ ਸਾਰਾ ਕੁਛ ਹੀ ਹੋ ਜਾਂਦਾ ਯਾਰ ਫਰਕ ਪੈ ਜਾਂਦਾ ਥੋੜੀ ਗੱਲ ਬਚਾ ਲਿਆ ਮੈਂ ਫਿਰ ਮੈਂ ਦਿਮਾਗ ਚ ਨਿਕਲ ਜਿਹੜਾ ਉਹ ਕਲੱਬ ਬਣਿਆ ਉਹ ਕਲੱਬ ਸ਼ੁਰੂਆਤ ਜਿਵੇਂ ਕਹਿੰਦਾ ਵੀ ਕਲੱਬ ਅਸੀਂ ਬਣਾਇਆ ਜਾਂ ਅਸੀਂ ਬਣਾਇਆ ਉਹ ਸਟਾਰਟਿੰਗ ਪੁਆਇੰਟ ਹੈ ਕੀ ਉਹ ਸਟਾਰਟਿੰਗ ਪੁਆਇੰਟ ਮੈਂ ਕੋਠੇ ਵਾਲਾ ਤਾਰਾ ਹਾਂ ਤੇਜ ਖਣੀ ਵਾਲਾ ਬਾਈ ਗੁਰਦੇਵ ਕੇ ਠੀਕ ਹੈ ਆਹ 5-7 ਬੰਦੇ ਹੋਣੇ ਪਹਿਲਾਂ ਬਣਾਇਆ ਮਤਲਬ 2500 ਗੈਂਡੀਆਂ ਪਹਿਲਾਂ ਕਲੱਬ ਬਣਾਈ 2500 ਵਾਲਾ 2500 ਵਾਲੀਆਂ 4 ਬਾਈਆਂ ਕਰਾਂਗੇ ਨਿਓਰ ਤੇ ਸਾਡੇ ਪਿੰਡਾਂ ਚ ਹਿਮਾਲਾ ਨੇੜੇ ਨੇੜੇ ਉੱਤੇ ਨਿਓਰ ਵਾਲੀ ਬਾਜੀ ਤੇ ਦਿਨ ਦਾ ਖਰਾਬ ਹੋ ਗਿਆ ਉਹਦੇ ਕਈ ਕਬੂਤਰ ਟਾਈਮ ਕਰ ਗਏ ਕਿਹੜੇ ਸਾਲ ਦੇ ਬਣਿਆ ਸੀ ਇਹ ਯਾਰ ਬਣਿਆ ਹੋਊ ਮੈਨੂੰ ਲੱਗਦਾ 9-10 ਚ ਬਣਿਆ ਹੋਊ ਯਾਰ ਜਿਹੜਾ ਪਹਿਲਾ ਕਲੱਬ ਬਣਿਆ ਬਾਜ਼ੀਆਂ ਚ ਜਿਹੜਾ ਇੱਥੇ ਕਿ ਪੱਕਾ ਤਾਂ ਮੇਰੇ ਯਾਦ ਨਹੀਂ ਹਾਂ ਵੀ ਇੱਥੇ ਕਿ ਜੀ ਬਣਿਆ ਮਤਲਬ 9-10 ਚ ਸ਼ੁਰੂਆਤ ਇਸ ਸਮੇਂ ਦੇ ਵਿੱਚ ਹੋਈ ਆ ਕਲੱਬਾਂ ਦੀ ਹਾਂ ਹਾਂ ਇਸ ਤੋਂ ਬਾਅਦ ਜਿਹੜੇ 8 ਤੋਂ ਮਗਰੋਂ ਮਗਰੋਂ ਬਣਿਆ ਇਹ ਮਤਲਬ 8-8 ਚਾਹੀ ਜੋ ਬਾਲਮ ਕੱਢ ਛੱਡਗਾ ਪਾਕਿਸਤਾਨ ਉਦੋਂ ਨਹੀਂ ਦੂਜਾ ਕਲੱਬ ਪਹਿਲਾਂ ਮੁੱਢ 2500 ਰੱਖਿਆ ਗਿਆ ਸੀ ਪਹਿਲਾਂ ਮੁੱਢ 2500 ਸੀ ਇਸ ਤੋਂ ਬਾਅਦ ਜਿਹੜਾ ਕੋਈ ਉਦੋਂ ਚੇਤ ਸਿੰਘ ਵਾਲੇ ਜਿੱਦੇ ਬਿੱਕਰ ਦਾ ਉੱਡਿਆ ਬਿੱਕਰ ਕਾ ਤੇ ਮੰਡਲੇ ਸੀਰੇ ਦਾ ਉੱਡਿਆ ਉੱਤੇ ਉਹ ਸਾਲ ਦੀ ਗੱਲ ਹੈ ਪਹਿਲੇ ਓਕੇ ਮਤਲਬ ਸ਼ੁਰੂਆਤ ਮਤਲਬ ਜੇ ਦੇਖੀਏ ਜੜ ਤੁਸੀਂ ਲਾਈ ਆ ਕਲੱਬਾਂ ਦੀ ਹਾਂ ਅਸੀਂ ਸਾਰੇ ਹੀ ਹੁੰਦੇ ਸੀ ਮਾਲਾ ਏਰੀਏ ਦੇ ਬਾਂਚਰ ਜਿਵੇਂ ਸਾਡੇ ਪਿੰਡ ਵੀ ਬਾਜੀ ਕਰਾਉਂਦੇ ਰਹੇ ਆ ਘੜੀਆਂ ਵੀ ਕਰਾਉਂਦੇ ਰਹੇ ਸਾਰੇ ਇਹਨਾਂ ਪਿੰਡਾਂ ਕਰਾਉਂਦੇ ਰਹੇ ਚਲੋ ਤੇ ਹੁਣ ਮਾੜਾ ਦੱਸੋ ਕਿਹੜੀ ਗੱਲ ਵੀ ਕਿਹੜੇ ਕਿੱਥੇ ਕਿੱਥੇ ਬਾਜੀਆਂ ਜਿੱਤੀਆਂ ਤੁਸੀਂ ਹੁਣ ਤਾਂ ਯਾਰ ਬਾਜੀਆਂ ਸਾਰੀਆਂ ਜਿੱਤੀਆਂ ਕਿੱਥੇ ਕਿੱਥੇ ਸ਼ੁਰੂਆਤ ਜਿਹੜੀਆਂ ਕਿਉਂਕਿ ਕਈ ਬਾਜੀਆਂ ਐਸੀਆਂ ਨੇ ਜਿਹਦੇ ਤੋਂ ਬਾਈ ਤੁਹਾਡਾ ਨਾਂ ਬਹੁਤ ਬੋਲਿਆ ਉਹ ਬਾਜੀਆਂ ਜ਼ਰੂਰ ਲੋਕ ਨਾ ਬੋਲੇ ਠਾੜ ਚੀ ਬਾਜੀਆਂ ਆਪਾਂ ਵੱਧ ਜਿੱਤੀਆਂ ਯਾਰ ਕਲੀਪ ਮੰਨ ਲਾ ਸੁੱਖਣ ਵਾਲਾ ਹੋ ਗਿਆ ਡਿਓਕ ਡੂਕ ਵੱਡੀ ਬਾਜੀ ਤਾਂ ਆਪਾਂ ਸੁੱਖਣ ਵਾਲੇ ਵੀ ਜਿੱਤੀ ਆ ਮੱਲਾ ਕਿਲਾ ਰੈਪੁਰ ਵੀ ਜਿੱਤੀ ਆ ਇਹ ਸੁੱਖਣ ਵਾਲੇ ਦੀ ਕੀ ਕਹਾਣੀ ਸੀ ਸੁੱਖਣ ਵਾਲੇ ਦੀ ਉਹ ਸੀ ਗੱਲ ਯਾਰ ਵੀ ਉੱਥੇ 25-25 ਹਜ਼ਾਰ ਵਾਧਾ ਲੱਗਿਆ ਸੀ ਤੇ ਮਤਲਬ 5000 ਐਂਟਰੀ ਸੀ 70 ਕਬੂਤਰ ਸੀ 54 ਕਬੂਤਰਾਂ ਦਾ ਵਾਧਾ ਲੱਗਿਆ ਓਕੇ ਜਿੱਦੇ ਆਪਣਾ ਉੱਡਿਆ ਮੁੜਦੇ ਸਾਲ ਉੱਡਿਆ ਰਾਜ ਦਾ ਉਹਦੇ 20-20 ਹਜ਼ਾਰ ਵਾਧਾ ਲੱਗਿਆ ਇੱਕ ਸਾਲ ਤੁਸੀਂ ਜਿੱਤਿਆ ਹਾਂ ਇੱਕ ਸਾਲ ਆਪਾਂ ਜਿੱਤਿਆ ਇੱਕ ਸਾਲ ਰਾਜ ਇੱਕ ਸਾਲ ਗੁਜਾਰ ਉਹ ਬਾਜੀ ਦੇ ਵਿੱਚ 70 ਕਬੂਤਰ ਦੱਸਦੇ ਤੁਸੀਂ ਉਸ ਟਾਈਮ ਉਹ ਉਹਦੇ 70 ਸੀਗੇ ਮੰਨ ਲਾ 2017 ਚ ਓਕੇ ਨਾਮ ਵਗੈਰਾ ਕੋਈ ਸੀਗਾ ਮੋਟਰਸਾਈਕਲ ਸੀ ਮੋਟਰਸਾਈਕਲ ਆਪਾਂ ਜਿੱਤਿਆ ਜਿਹੜਾ ਤੁਸੀਂ ਸੁੱਖਣ ਵਾਲੇ ਤੋਂ ਪਹਿਲਾਂ ਉਹਦਾ ਜਿੱਤ ਕਿੰਨੀ ਆਈ ਸੀ ਵਾਧਾ ਵੀ ਸਾਰਾ ਤੁਸੀਂ ਜਿੱਤ ਲਿਆ ਸਾਰਾ ਵਾਧਾ ਆਪਾਂ ਜਿੱਤ ਲਏ ਜਿੱਤ ਵੀ ਤੁਸੀਂ ਜਿੱਤ ਲਈ ਹਾਂ ਜਿੱਤ ਤੁਸੀਂ ਪਹਿਲੇ ਨੰਬਰ ਦੀ ਜਿੱਤ ਆਪਾਂ ਜਿੱਤ ਦੂਜੇ ਨੰਬਰ ਤੇ ਕਿਹਦੇ ਰਹਿ ਸੀ ਕੰਤੇ ਬੱਕੀ ਦਾ ਓਕੇ ਹਾਂ ਸਹੀ ਆ ਤੇ ਦੂਜਾ ਜੀ ਇੱਕ ਹੋਰ ਡੋਕ ਦੱਸਦੇ ਤੁਸੀਂ ਇੱਕ ਡਿਓਕ ਇਹਨਾਂ ਉਸੇ ਸਾਲ ਮਤਲਬ 2 ਬਾਈਆਂ ਕਰਾਂਗੀ 5000 ਵਾਲੀਆਂ ਇੱਕ ਤਾਂ ਇਹ ਕਰਾਈ ਸੀ ਇੱਕ ਡਿਓਕ ਕਰਾਈ ਸੀ ਡਿਓਕ ਵੀ ਆਪਣਾ ਉਦੇ ਬਾਜੀ ਦਾ ਸੀ ਬਾਈ ਗੁਰਦੇਵ ਖਿਆਣਾ ਮੰਡਲੀ ਸੀ ਇੱਕ ਗੁਰਪ੍ਰੀਤ ਨਾਲ ਇੱਕ ਪੁੱਲੇ ਵਾਲੇ ਬਿੰਦਰ ਕਾਈ ਸ਼ਾਇਦ ਚਾਰਾਂ ਦੀ ਸੀ ਪਰ ਆਪਣਾ ਮਤਲਬ 4:45 ਸਾਰੇ ਡਿੱਗ ਪਈ ਗਏ ਆਪਣਾ 6:15-6 ਵਜੇ ਤੱਕ ਉੱਡਿਆ ਬਾਜੀ ਵੰਡਣ ਤੋਂ ਬਾਅਦ ਹਾਂ ਓਕੇ ਪੂਰੀ ਉਹਦੇ ਖਾਣ ਖਾਣੇ ਟਰੈਕਟਰ ਜਿੱਦ ਜਿੱਦਾਂ ਤੁਸੀਂ ਡੋਕ ਜਿੱਦ 4:15 ਹਾਂ ਤੁਹਾਡਾ ਕਬੂਤਰ 6 ਵਜੇ ਬੰਦਾ 6 ਵਜੇ ਬੈਠਾ ਨੀ ਮਤਲਬ ਵਾਣੀ ਨਿਕਲ ਗਿਆ ਫੇਰ ਵੀ ਮੈਂ ਅੱਛਾ ਸੁੱਖਣ ਵਾਲੇ ਨੀ ਓਕੇ 2 ਘੰਟੇ ਹੀ ਬੈਠਾ ਬਾਈ ਉੱਥੇ ਕਿੰਨੇ ਕਬੂਤਰ ਸੀ ਡੋਕ
ਜੋਗ ਸੀਗੇ ਉਹਦੇ 70 75 ਕਬੂਤਰ ਮਿਲ ਲਾਤ ਅੱਛਾ ਉਹਦੇ ਨਹੀਂ ਪਤਾ ਲੱਗਿਆ ਨਹੀਂ ਉਹਦੇ ਨਹੀਂ ਪਤਾ ਉਹਦੇ ਉਹ 5000 ਮੁੱਢ ਸੀ ਕੱਲਾ ਮੁੱਢ ਸੀਗਾ ਉਹਦੇ ਨਾਮ ਵੀ ਨਹੀਂ ਸੀ ਕੋਈ ਨਾਮ ਨਹੀਂ ਹੈ ਨਹੀਂ ਸੀ ਮਿਲਦਾ ਸ਼ਾਇਦ ਯਾਰ ਓਕੇ ਇੱਕ ਹੀ ਮੋਟਰਸਾਈਕਲ ਦਿੱਤਾ ਹੈ 15ਵੇਂ ਦਿਨ ਰੋਡ ਤੇ ਆਪਾਂ ਕਬੂਤਰ ਜਿਹੜਾ ਡਿਓ ਕੁੱਟਿਆ ਹੀ ਡਿਓ ਕਾਲਾ ਉਹ ਕਿੱਥੇ ਗਿਆ ਡਿਓ ਉਹ ਪਹਿਲਾਂ ਡਿਓ ਕਾਲਾ ਛੱਡਿਆ ਹੀ ਬੀਲੇ ਸੀ ਹਾਂ ਉਦੋਂ ਮਾਲਾ ਦੀ ਸੱਤ ਥੋੜੀ ਹੋ ਗਈ ਗਲਤੀ ਤੇ ਦਿਨ ਸੀ ਉੱਤੇ ਬੜਾ ਪੈੜਾ ਮਾਲਾ 20 ਫਰਦੇ ਝੰਡਾ ਤੇ ਬਹਿਣ ਲੱਗ ਗਏ ਐਂਡ ਤੇ ਮੋਰ ਦਾ ਮੋਰ ਥਲੇ ਆਪਣਾ ਹਰਿਆ ਮੋਰ ਦਾ ਉਹਦੇ ਪਹਿਲੇ ਨੰਬਰ ਬਣਿਆ ਦੂਜਾ ਆਪਣਾ ਟੱਚ ਮਾਰ ਕੇ ਉੱਡ ਗਿਆ ਆਪਣਾ ਛਤਰੀ ਤੇ ਬੈਠ ਬੀਲੇ ਵਾਲੇ ਹਾਂ ਓਕੇ ਅੱਠਾਂ ਦਿਨਾਂ ਮਗਰੋਂ ਪਲਾਟ ਤਾਂ ਡਿਓਕ ਹਾਂ ਉਹਦੇ ਹਾਲੇ ਦੋ ਘੰਟੇ ਅੱਠਾਂ ਦਿਨਾਂ ਬਾਅਦ ਹੀ ਅੱਠਾਂ ਦਿਨਾਂ ਮਗਰੋਂ ਹਾਂ ਹਫ਼ਤੇ ਵਿੱਚੋਂ ਮੁੜ ਜਾਂਦਾ ਬਈ ਏਡੀ ਛੇਤੀ ਮੁੜ ਜਾਂਦਾ ਇਹਨਾਂ ਨੂੰ ਕੀ ਹੁੰਦਾ ਯਾਰ ਹਾਂ ਜਿਹੜਾ ਜਿੱਤਿਆ ਵਾ ਰੁਕੀ ਵੀ ਜਿੱਤ ਜੀ ਲੰਘ ਜਾਂਦਾ ਵਾ ਵੀ ਮਾਰ ਤਿੰਨ ਤਿੰਨ ਸਾਲ ਛੱਡ ਦਿੰਦੇ ਦੂਜੇ ਤੀਜੇ ਸਾਲ ਗਵਾ ਦਿੰਦੇ ਮੁੜ ਕੇ ਅੱਛਾ ਓਕੇ ਹੋਰ ਬਾਈ ਚੰਗੀ ਬਾਜੀ ਕਿੱਥੇ ਜਿਹੜੀ ਹੋਰ ਕਿਲਾ ਰਾਏਪੁਰ ਵੀ ਬੋਰ ਤੇ ਝੱਬਰ ਮੋਟਰ ਕਿਲਾ ਰਾਏਪੁਰ ਵਾਲੇ ਜਿਹੜੀ ਉਹ ਬਾਜੀ ਬਹੁਤ ਮਸ਼ਹੂਰ ਬਾਜੀ ਉਹਦਾ ਜ਼ਰੂਰ ਦੱਸੋ ਕਿੰਨੇ ਕਬੂਤਰ ਸੀ ਉੱਥੇ ਉੱਥੇ ਯਾਰ 175 ਕਬੂਤਰ ਸੀ ਉੱਥੇ ਵਾਧਾ ਵੁੱਧਾ ਵੀ ਪਤਾ ਨਹੀਂ ਕਿੰਨਾ ਕਿਤੇ ਲੱਗਿਆ ਵਾ ਸੀ ਪੂਰੀ ਮਾਲਾ ਪੰਜਾਬ ਦੀ ਸਭ ਤੋਂ ਵੱਡੀ ਬਾਜੀ ਉਹ ਬਾਜੀ ਹੁਣ ਵੀ ਉਹ ਪੂਰੇ ਚਰਚਾ ਦੀ ਬਾਜੀ ਨਹੀਂ ਬਾਜੀ ਚਰਚਾ ਦੀ ਆ ਵਧੀਆ ਬਾਜੀ ਪੂਰੀ ਚੰਗੀ ਬਾਜੀ ਕਿੰਨੇ 175 ਸੀ ਕਿੰਨਾ ਮੁੱਢ ਸੀ ਉੱਥੇ ਮੁੱਢ ਯਾਰ ਕੋ ਵਾਧਾ ਵੀ ਲੱਗਾ ਹੀ 10-10 ਲੱਗੇ ਬਾਈ ਕਿ ਕਿੰਨਾ ਲੱਗਾ ਹੀ 15-15 ਖਣੀ 10-10 ਲੱਗਾ ਬਾਈ ਰੁਪਏ ਵੱਟਦੇ ਮਾਲਾ ਅੱਛਾ ਤੇ ਓਹਦੇ ਆਪਾਂ ਨੂੰ ਵਧੀਆ ਪੈਸੇ ਆ ਗਏ ਉੱਥੋਂ ਤੁਹਾਡੇ ਕਬੂਤਰ ਹਾਂ ਆਪਣਾ ਦੂਜਾ ਕੇ ਤੀਜਾ ਬਹਿ ਗਿਆ ਮੈਨੂੰ ਲੱਗਦਾ ਅੱਛਾ ਸਹੀ ਹੈ ਬਾਈ ਹੋਰ ਇੱਕ ਤੁਸੀਂ ਝੱਬਰ ਵਾਲੇ ਕਬੂਤਰ ਦੀ ਗੱਲ ਕਰੇ ਵੀ ਸੁਣਾਈ ਸੀ ਜਿਹੜਾ ਝੱਬਰ ਵਾਲਾ ਕਬੂਤਰ ਸੀ ਸਾਡਾ ਉਹ ਕਿਲਾਰਾਪੁਰ ਤੋਂ ਮੱਲਾ ਅਗਲੇ ਦਿਨ ਹੀ ਛੱਡੇ ਹਾਂ 4 ਦਿਨ ਲਗਾਤਾਰ ਛੱਡੇਗਾ ਆਪਾਂ ਉਹ ਉਹਨਾਂ ਦਿਨਾਂ ਚ ਬਾਏਗਾ ਪਹਿਲੇ ਦਿਨ ਢੇਲਵੀਂ ਵਾਧਾ ਜਿੱਥੇ ਆਪਾਂ ਚਰਨੀਏ ਕਲੱਬ ਦੀ ਸੀ ਦੂਜੇ ਸਾਲ ਸੁੱਖਣ ਵਾਲੇ ਰਾਜ ਥੱਲੇ ਹਾਰਦੇ ਆ ਤੇ ਦੂਜਾ ਨੰਬਰ ਬਣਦਾ ਤੀਜੇ ਦਿਨ ਕਿਲਾਰਾਪੁਰ ਜਿੱਥੇ ਚੌਥੇ ਦਿਨ ਬੁਰਜ ਝੱਬਰ ਉਹਦੇ ਆਪਾਂ ਖੱਲਾ ਰਹਿ ਗਏ ਮੋਟਰਸਾਈਕਲ ਜਿੱਥੇ ਉੱਥੇ 70 ਕਬੂਤਰ ਸੀ 5-5 ਹਜ਼ਾਰ ਚ ਜੀ 2018 ਚ ਜਿਹੜਾ ਤੁਸੀਂ ਉਹ ਚਾਰਾਂ ਜ਼ਿਲ੍ਹਿਆਂ ਦੀ ਗੱਲ ਕਰਦੇ ਹੋ ਚਾਰੇ ਜ਼ਿਲ੍ਹੇ ਸੀ ਉਹਦੇ ਮਾਲਾ ਪਹਿਲੇ ਦਿਨ ਤਾਂ ਬਠਿੰਡੇ ਚ ਆ ਗਿਆ ਗਵਿੰਦਪੁਰਾ ਆ ਢੇਲਮਾ ਦੂਜੇ ਦਿਨ ਫਰੀਦਕੋਟ ਆ ਗਿਆ ਤੀਜੇ ਦਿਨ ਲੁਧਿਆਣਾ ਸੀ ਚੌਥੇ ਦਿਨ ਮਾਨਸਾ ਸੀ ਬੁਰਜ ਜ਼ਬਰ ਚਾਰੇ ਜ਼ਿਲ੍ਹੇ ਜਿੱਤੇ ਚਾਰੇ ਜ਼ਿਲ੍ਹੇ ਚਾਰਾਂ ਦਿਨਾਂ ਚ ਚਾਰਾਂ ਦਿਨਾਂ ਚ ਓਕੇ ਜਿਹੜੇ ਉਹ ਕਬੂਤਰ ਛੱਡੇ ਆ ਤੁਸੀਂ ਉਹ ਜਿਹੜੇ ਤੁਸੀਂ ਦੱਸਿਆ ਉਹ ਇਹ ਗੁਰਦੇਵ ਸਤਾਲ ਵਾਲੇ ਤੁਸੀਂ ਕਿਹੜੇ ਨਹੀਂ ਉਹਨੂੰ ਮੁੜ ਕੇ ਤਾਂ ਹੁਣ ਸਾਡੇ ਕੋਲੇ ਹੋਰ ਤਰ੍ਹਾਂ ਦੀ ਬਹੁਤ ਬਣ ਗਈ ਯਾਰ ਮਾਲਾ ਵਿੱਚ ਰਾਜਨ ਕਾਲੀ ਮਿਸ ਪੈ ਗਈ ਵਿੱਚ ਕਬੂਤਰੀ ਕੋਈ ਮੋਰ ਤੋਂ ਆਈ ਸਾਡੇ ਕੋਲੇ ਇੱਕ ਉਹਦਾ ਬਲੱਡ ਵੀ ਉਹਨੇ ਘਰੋਂ ਲਿਆਂਦੀ ਸੀ ਆਪਾਂ ਉਹਦੀ ਮਿਸ ਪੈ ਗਈ ਥੋੜੀ ਹੈ ਕਿਹੜੇ ਸਮਝੇ ਦੀ ਗੱਲ ਹੈ ਇਸ 17 ਦੀ 18 ਦੀ ਇਹ 18 ਜਿੱਤੀਆਂ ਚਾਰਾਂ ਅੱਛਾ 18 ਤੇ ਜਿੱਤੀਆਂ ਚਾਰੇ ਓਕੇ ਹਾਂ ਸਹੀ ਹੈ ਬਾਈ ਹੋਰ ਬਾਈ ਕੋਈ ਮਤਲਬ ਚੰਗੀ ਬਾਜੀ ਹੋਵੇ ਜਿਹੜੀ ਤੁਹਾਡੀ ਉਸ ਸਮੇਂ ਦੇ ਵਿੱਚ ਤੁਸੀਂ ਜਿੱਤੀ ਹੋ ਬਾਈਆਂ ਵਧੀਆ ਯਾਰ ਗਜਾਰ ਦੇ ਪਿੰਡ ਵੀ ਜਿੱਤੀ ਆਪਾਂ ਉਹਦਾ ਮਾਲਾ ਸ਼ੁਰੂ ਸ਼ੁਰੂ ਚ ਹੀ ਰੱਖਦੇ ਰੱਖਦੇ ਉਦੋਂ ਹੀ ਬਾਈ ਬੂਟੇ ਦਾ ਕਬੂਤਰ ਸੀ ਇੱਕ ਇਹਨਾਂ ਦਾ ਮੱਲੇ ਵਾਲਾ ਦਾ ਇੱਕ ਆਪਣਾ ਸੀ ਮਾਲਾ ਇਹਨਾਂ ਦਾ ਚੜਿਆ ਗਿਆ ਸੀ ਆਪਣੇ ਵਾਲਾ ਹੀ ਭੂਮੀਪੁਰਾ ਵਾਲਾ ਵੰਡੀ ਸੀ ਓਕੇ ਉਹਦਾ ਮੈਨੂੰ ਲੱਗਦਾ 2009 ਦੀ ਗੱਲ ਹੋ ਗਈ ਅੱਛਾ 8-9 ਦੀ ਇੱਥੇ ਜੀ ਹਾਂ ਅੱਛਾ ਨਾਮ ਕਿਹੜੇ ਕਿਹੜੇ ਜਿੱਤ ਲਏ ਬਾਈ ਨਾ ਮੋਟਰਸਾਈਕਲ ਜਿੱਤੇ ਰਹੇ ਦਾ ਕਿੰਨੇ ਮੋਟਰਸਾਈਕਲ ਜਿੱਤ ਲਈ 3-4 ਚਾਰ ਜਿੱਤ ਲਈ ਕਿੱਥੋਂ ਕਿੱਥੋਂ ਜਿੱਤੇ ਇੱਕ ਤਾਂ ਬਾਦਲੋਂ ਜਿੱਤ ਗਈ ਉਹ ਦੁੱਗਾ ਵਾਲਿਆਂ ਨੂੰ ਦੇਤਾ ਜੀ ਅਸੀਂ ਪੈਸੇ ਲੈ ਕੇ ਹੂੰ ਜਿੱਤਿਆ ਵਾਲਾ ਤੁਸੀਂ ਜੀ ਆਪਾਂ ਜਿੱਤੇ ਹਾਂ ਤੇ ਇੱਕ ਜਿੱਤੇ ਸੁੱਖਣ ਵਾਲਿਓ ਇੱਕ ਬੁਰਜ ਝੱਬਰੋਂ ਇੱਕ ਜਿੱਤੇ ਹੀ ਉੱਥੇ ਇੱਧਰ ਹਰਿਆਣੇ ਚ ਪਿੰਡ ਆ ਬਾਈ ਵਿੱਕੀ ਕੇ ਪਿੰਡਾਂ ਕੰਨੀ ਅੱਛਾ ਰਤੀਆ ਸਾਹਿਬ ਰਤੀਏ ਦੇ ਨਾਲ ਹੀ ਹੈ ਇੱਧਰਲੀ ਸਾਈਡ ਉੱਤਰ ਹਾਂ ਮੀਰਾਣਾ ਹੈ ਮੀਰਾਣਾ ਮੀਰਾਣਾ ਪਿੰਡ ਮੀਰਾਣਾ ਪਿੰਡ ਸੀ ਹਾਂ ਉੱਥੋਂ ਜਿੱਤੇ ਸਹੀ ਹੈ ਬਾਈ ਹੋਰ ਬਾਈ ਕਬੂਤਰ ਹੁਣ ਕਿੱਧਰਲੇ ਕਿੱਧਰ ਪਾਸੋਂ ਆਇਆ ਹੈ ਕਬੂਤਰ ਹੁਣ ਕਿਹੜੇ ਕਿਹੜੇ ਹੱਟ ਕੋਲ ਉੱਤਰ ਆਪਣੇ ਕੋਲ ਯਾਰ ਜਿਆਦਾ ਤਾਂ ਰਾਜਨ ਖਿਆਲ ਹੀ ਆ ਥੋੜੇ ਵੱਧ ਹੁਣ ਤਾਂ ਜਾਂ ਬਸ ਧੰਨੇ ਵਾਲੇ ਹੋਰ ਦੋ ਨਸਲਾਂ ਹੀ ਉੱਡਦੀਆਂ ਹਾਂ ਇਹਨਾਂ ਜੋ ਜੋੜਾ ਹੋ ਕਰੀਏ ਨਾ ਜਿਹੜੇ ਲਾਉਣਾ ਬਸ ਇਹਨਾਂ ਤੋਂ ਗਾਪਸ਼ਾ ਕਰਕੇ ਲਾ ਲੂ ਲਈਦੇ ਆ ਇਹ ਰਾਜ ਨਾਲੇ ਕਬੂਤਰ ਕਿਵੇਂ ਆ ਹੁਣ ਰਾਜ ਨਾਲੇ ਯਾਰ ਬਾਈ ਜੀਤੇ ਤੋਂ ਹੀ ਲਿਆਂਦਾ ਕਬੂਤਰ ਇੱਕ ਆਪਾਂ ਤੇ ਜੀਤੇ ਵਾਲੀ ਕਵਾਂਗੇ ਆਪਾਂ ਜੀਤੇ ਵਾਲਾ ਹੀ ਆ ਉਹ ਤਾਂ ਰਾਜ ਨਾਲੇ ਕਹਿੰਦੇ ਜੀਤੇ ਵਾਲੀ ਕਵਾਂਗੇ ਜੀਤੇ ਵਾਲਾ ਹੀ ਕਹਿੰਦੇ ਇਹਨਾਂ ਕੋਲੇ ਸੀਗਾ ਬਸ ਉਹ 28 ਕਿਤੇ ਰੱਖਿਆ ਸੀ ਮੈਂ 28 ਦਿਨਾਂ 4-5 ਬੱਚੇ ਕਢਾ ਲਏ ਉਹ ਤੋਂ 28 ਦਿਨਾਂ ਜੀ
28 ਦਿਨਾਂ ਦੇ ਪੁੱਤਰਾ ਬਾਈ ਨੂੰ ਕੋਲ ਬੈਠਾ ਆਪਾਂ ਹਾਂ ਬਾਈ ਤੁਹਾਡੇ ਕੋਲ ਕੱਢੇ ਵੇ ਜਾ 30 ਦਿਨ ਮੋਟਾ ਇਹਨਾਂ ਨੂੰ ਆਪਾਂ ਹਾਂ ਤੇ ਉੱਥੋਂ ਹੀ ਬਸ ਇਹ ਬਣ ਗਏ ਅੱਛਾ 8 ਅੰਡੇ ਅੱਠੇ ਬੱਚੇ ਨਿਕਲੇ ਤੇ 7 8 ਨਿਕਲੇ ਇੱਕ ਨੂੰ ਬਹਿਰੀ ਲੱਗੀ 7 ਰਹਿ ਗਏ ਹਾਂ ਹੈ ਕਿਹੇ ਜਿਹਾ ਕੁੱਤਰੋ ਖੱਟੀਆਂ ਅੱਖਾਂ ਦਾ ਹਲਫ ਨੋਕਾ ਹਲਫ ਨੋਕਾ ਖੱਟੀਆਂ ਦਾ ਪੱਲੇ ਵਾਲੇ ਦੀ ਧੀ ਦਾ ਜਿਹੜੀ ਰਾਜਨ ਦੀ ਪੱਲੇ ਵਾਲੀ ਵਾਜਦੀ ਸੀ ਹਾਂ ਮੰਨ ਲਾ ਉਹਦੀ ਧੀ ਦਾ ਹੀ ਉਹ ਅੱਛਾ ਸ਼ਰਮ ਹੋ ਜਾਵਾਂ ਓਕੇ ਉਹ ਇਦਾਂ ਬਾਈ ਬਾਈ ਕੋਲ ਚਲਾ ਗਿਆ ਇਹਨਾਂ ਕੋਲੇ ਹੀ ਆਉੜਾ ਬਾਈ ਤਾਰੀਆਂ ਕੋਲੇ ਜਾਂ ਇਹਨਾਂ ਕੋਲੇ ਅੱਛਾ ਫਿਰ ਉਹ ਲਾਲਚੀ ਨੇ ਕਬੂਤਰ ਗੁਰਦੇਵ ਵਾਲੇ ਕਬੂਤਰ ਹੀ ਲਾ ਜਣਾ ਨਹੀਂ ਉਹਨਾਂ ਨਾਲ ਮੰਨ ਲਾ ਗੱਲ ਉਹਨਾਂ ਦੇ ਗਾਂ ਜਾਂ ਦੋ ਤਿੰਨ ਮਿਸਾਂ ਪੈ ਗਈ ਫਿਰ ਓਕੇ ਮੰਨ ਲਾ ਜਿਹੜੇ ਵਿੱਚ ਮੋਰ ਤੋਂ ਵੀ ਕਬੂਤਰੀ ਆਈ ਸੀ ਹਨਾ ਤੱਕ ਆਪਣੇ ਕੋਲ ਬਾਈ ਗਾਂ ਦੇ ਕਬੂਤਰ ਸੀ ਪਹਿਲਾਂ ਉੱਡੇ ਕਿਵੇਂ ਨੇ ਉੱਡੇ ਤਾਂ ਬਹੁਤ ਤਕੜੇ ਘਰੇ ਬਾਈਆਂ ਨੂੰ ਵੇੜਦੇ ਉੜਦੇ ਕਿਵੇਂ ਉੱਚੇ ਨੀਵੇਂ ਉੜਦੇ ਕਿਵੇਂ ਰੱਬ ਚ ਵੜ ਵੜ ਉੜਦੇ ਨਾਲੇ ਆਉਣੀ ਥੱਲੇ ਬਾਈ ਸਹੀ ਕਿਹੜਾ ਮੰਨਦੇ ਪਏ ਤੁਸੀਂ ਜਿਹੜਾ ਬਾਹਲਾ ਉੱਚਾ ਉੜਦਾ ਜਾਂ ਯਾਰ 90% ਸਾਡੇ ਪਿੰਡ ਜਿਹੜਾ ਬਾਹਲਾ ਉੱਚਾ ਉੜਦਾ ਭੱਜ ਹੀ ਜਾਂਦਾ ਹਾਂ ਅਸੀਂ ਮੰਨ ਲਾ ਸੁੱਖਣ ਵਾਲੀ ਬਾਈ ਜਿੱਤੀ ਜਿਹੜੀ ਹਾਂ ਉਹ ਵੀ ਭੈਣ ਦਾ ਮਲੂਕੋਂ ਫੜ ਕੇ ਲਿਆਂਦਾ ਸੀ 10 ਦਿਨ ਪਹਿਲਾਂ ਅੱਛਾ ਗੇੜਿਆਂ ਤੋਂ ਤੁਰ ਗਿਆ ਨਹੀਂ ਗੇੜਿਆਂ ਤੋਂ ਨਹੀਂ ਮੰਨ ਲਾ ਨੇਰੀ ਆ ਗਈ ਸੀ ਉਦੋਂ ਦਾ ਅੱਛਾ ਮਲੂਕੇ ਤੇ ਲੈ ਗਈ ਅਗਲੇ ਦਿਨ ਫੜ ਕੇ ਲਿਆਂਦੇ ਮਲੂਕਿਓ ਹਾਂ ਜਿਹੜਾ ਬੁਰਜ ਚ ਬਰਜਿੱਤਿਆ ਮੋਟਰਸਾਈਕਲ ਹਾਂ ਉਹ ਦੋ ਵਾਰੀ ਤਾਂ ਡੋਡੀ ਜਾ ਉਹੜੇ ਦੋ ਵਾਰੀ ਮੱਲੇ ਹਾਂ ਚਾਰ ਵਾਰੀ ਝੰਡੀਆਂ ਤੇ ਬਹਿ ਗਏ ਨਾਲੇ ਜਾ ਕੇ ਹਾਂ ਓਕੇ ਮਾਲਾ ਜਿਹੜਾ ਐਤ ਕੀ ਸਾਡਾ ਮਧੇ ਜਿੱਤਿਆ ਹਾਂ ਉਦਾਂ ਹੀ ਹਾਂ ਤੇ ਉਹ ਵੀ ਭੈਣ ਦਾ ਯਾਰ 19 ਤਰੀਕ ਨੂੰ 14 ਨੂੰ ਮਲੂਕੋਂ ਫੜ ਕੇ ਲਿਆਂਦੇ ਮਾਲਾ 19 ਨੂੰ ਅਸੀਂ ਮਧੇ ਛੱਡਤਾ ਜੀ ਉਦਾਂ ਓਕੇ ਹਾਂ ਉਦੋਂ ਤੁਹਾਡੇ ਮਨ ਨੂੰ ਜੇ ਦੇਖੇ ਵੀ ਕਿਹੜੇ ਕਬੂਤਰ ਜਾਂਦੇ ਆ ਵੀ ਬਾਹਲੇ ਉੱਚੇ ਉੱਡਣ ਵਾਲੇ ਯਾਰ ਨੀਵੇਂ ਮੈਂ ਯਾਰ ਵਿਚਾਲੇ ਜਿਹੜੇ ਕਿ ਉੱਡਣ ਜਿਹੜੇ ਨਿਗਾਹ ਚ ਤਾਂ ਜਿਹੜਾ ਦਿਸ ਉਹਨਾਂ ਨੂੰ ਦੀਦੇ ਨਹੀਂ ਭਰਾਵਾ ਨਿਗਾਹ ਥੋੜੀ ਜੀ ਤਾਂ ਫਰਕ ਪੈਂਦਾ ਹੀ ਆ ਉਮਰ ਦੇ ਹਿਸਾਬ ਨਾਲ ਹਾਂ ਹੈਨਾ ਓਕੇ ਮਤਲਬ ਜਿਹੜੇ ਪੱਧਰੇ ਉੜਦੇ ਨੇ ਆਪਾਂ ਉਹ ਮੰਨ ਲਓ ਹਾਂ ਹਾਂ ਵਿਚਾਲੇ ਰਹਿ ਕੇ ਉੜ ਥੋੜੇ ਵਾਲੇ ਇਹ ਪੱਧਰੇ ਉੜਦੇ ਆ ਜਾਂ ਉੱਪਰ ਜਾਂਦੇ ਨਹੀਂ ਹੁਣ ਸਾਡੇ ਪੱਧਰੇ ਉੜਦੇ ਆ ਥੋੜੇ ਜੇ ਮਤਲਬ ਸੇਵਕ ਨੂੰ ਦੇਤਾ ਮੈਂ ਡੇਲੇ ਵਾਲੀ ਇੱਕ ਜਿੱਤੀ ਸੀ ਆਪਾਂ ਬਾਜੀ ਸਾਡੇ ਮਤਲਬ ਇਲਾਕੇ ਦੀ ਬਾਜੀ ਸੀ 5-5 ਹਜ਼ਾਰ ਵਾਧਾ ਲੱਗਿਆ ਜੀ ਤੇ 2200 ਮੁੱਢ ਸੀ ਵਾਸ਼ਿੰਗ ਮਸ਼ੀਨ ਸੀ ਪਹਿਲੇ ਨੂੰ ਮਤਲਬ ਉਹ ਵੀ ਉਹਦੇ 5 ਕਵੇ ਬਾਈ ਨਿਬੜ ਗਈ ਸੀ ਹਣਾ 700 ਤੋਂ ਇਹ ਬੈਠਾ ਜੀ ਉਹਦੇ ਬੋਲੋ ਬੋਲੋ ਅੱਛਾ ਚਲੋ ਤੇ ਹੋਰ ਬਾਈ ਕੋਈ ਬਾਜੀ ਦੀ ਇੰਟਰਸਟਿੰਗ ਗੱਲ ਕੋਈ ਕਰਨੀ ਚਾਹੁੰਦੇ ਹੋ ਕਿਉਂਕਿ ਤੁਸੀਂ ਪਿਛਲਾ ਸ਼ਮਾਂ ਦੇਖਿਆ ਬਾਜੀਆਂ ਦਾ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਅੱਜ ਦਾ ਦੌਰ ਤੇ ਆ ਵੀ ਬਾ ਪਾਸੇ ਹੋ ਕੇ ਬਹਿ ਜਾਓ ਕਬੂਤਰ ਛੱਡ ਦੇ ਅੱਜ ਦਾ ਦੌਰ ਤਾਂ ਬਈ ਤੇਜ਼ ਆ ਯਾਰ ਉਹਦਾ ਥੋੜਾ ਜਿਹਾ ਬਚ ਕੇ ਰਹੋ ਆਪਾਂ ਨਾਲ ਲੜਾਂਗਾ ਪੜਾਂਗਾ ਤਾਂ ਥੋੜਾ ਜਿਹਾ ਇੱਕ ਘੱਟ ਛੱਡ ਲਾਂਗੇ ਉਹ ਸ਼ੌਕ ਕਲੀਬ ਕਢਾ ਦੇਣਾ ਬਾਜੀਆਂ ਛੱਡਾਂਗੇ ਪਰ ਉਹ ਗਿਣਤੀ ਦੀਆਂ ਬਾਜੀਆਂ ਛੱਡਾਂਗੇ ਮੰਨ ਲਾ ਚੰਗੀਆਂ ਲਾ ਲਓ ਜਿੱਥੇ ਚੰਗੀਆਂ ਤੋਂ ਤੂੰ ਤਾਂ ਟਿੱਕੇ ਵੀ ਹੋਣੇ ਆ ਪਿੰਡ ਕਿਹੜੇ ਚੰਗੇ ਨੇ ਮੈਂ ਜਿੱਥੇ ਰੌਲਾ ਨਹੀਂ ਪੈਂਦਾ ਯਾਰ ਵਧੀਆ ਚੰਗੇ ਬੰਦੇ ਦੇ ਪਿੰਡ ਕੋਈ 30 ਸਾਲਾਂ ਦਾ ਇੰਨਾ ਤਜਰਬਾ ਤਾਂ ਆ ਹੀ ਜਾਂਦਾ ਵੀ ਉੱਥੇ ਬਾਜੀ ਹਾਂ ਨਹੀਂ ਹੁਣ ਤਾਂ ਤਜਰਬਾ ਹੀ ਆ ਪੂਰਾ ਯਾਰ ਉਹੀ ਆ ਨਾ ਵੀ ਉਹੀ ਪਿੰਡਾਂ ਦੇ ਵਿੱਚ ਉਹ ਹੁੰਦਾ ਜਿਹੜਾ ਚੰਗਾ ਹੋਵੇ ਉਦਾਂ ਸਮਾਂ ਹੈ ਕਿਦਾਂ ਦਾ ਜੀ ਤੁਹਾਡਾ ਬਾਈ ਜਿਹੜਾ ਤੁਸੀਂ ਸ਼ੁਰੂਆਤ ਦੇ ਵਿੱਚ 30 ਸਾਲ ਬਹੁਤ ਲੰਬਾ ਹੋ ਜਾਂਦਾ ਕਿਵੇਂ ਬਾਜੀ ਯਾਰ ਬਸ ਮੰਨ ਲਾ ਮੇਨ ਬਾਜੀਆਂ ਤਾਂ ਆਪਾਂ ਨੂੰ 20 ਸਾਲ ਹੀ ਹੋਏ ਛੱਡਦੇ ਨੂੰ ਪਹਿਲਾਂ ਤਾਂ ਮੰਨ ਲਾ ਨਾਰਮਲ ਹੀ ਸੀ ਕੰਮ ਕੀ 2-3 ਬਾਜੀਆਂ ਸੀਜ਼ਨ ਚ ਜਵਾਕਾਂ ਵਾਲਾ ਕੰਮ ਸੀ ਉਹ ਤਾਂ ਮਤਲਬ 15-20 ਸਾਲ ਹੋ ਗਏ ਹੁਣ ਤਾਂ ਵਧੀਆ ਛੱਡਦੇ ਪਿੰਡ ਕਿਹੜੇ ਕਿਹੜੇ ਪਿੰਡਾਂ ਦੀਆਂ ਬਾਜੀਆਂ ਤੁਹਾਨੂੰ ਜ਼ਿਆਦਾ ਚੰਗੀਆਂ ਲੱਗੀਆਂ ਜੇ ਆਪਾਂ ਸਾਨੂੰ ਤਾਂ ਢਾੜ 'ਚ ਯਾਰ ਸਭ ਤੋਂ ਵਧੀਆ ਲੱਗੀਆਂ ਸਿਆਣੇ ਬੰਦੇ ਆ ਉੱਥੇ ਵਧੀਆ ਕੋਈ ਰੌਲਾ ਕੋਲਾ ਨਹੀਂ ਪੈਂਦਾ ਗਾ ਮੰਨ ਲਾ ਕੁੱਲ ਮਿਲਾ ਕੇ ਵਧੀਆ ਹੀ ਬਾਜੀਆਂ ਇਹ ਸੋਸ਼ਲ ਮੀਡੀਆ ਤੋਂ ਵੀ ਦੂਰ ਰਹਿੰਦੇ ਆ ਢਾੜੀ ਹੈ ਨਾ ਨਹੀਂ ਨਹੀਂ ਵਧੀਆ ਯਾਰ ਚੰਗੀ ਗੱਲ ਆ ਪਤਾ ਨਹੀਂ ਘੱਟ ਰਹਿੰਦੇ ਆ ਥੋੜਾ ਜਿਹਾ ਇੰਟਰਸਟ ਘੱਟ ਲੈਂਦੇ ਆ ਵੀ ਐਵੇਂ ਕੈਮਰਾ ਮੂਰੇ ਆਉਣਾ ਜਾਂ ਕਸਤ ਨਹੀਂ ਨਹੀਂ ਸਹੀ ਹੈ ਫਰਕ ਹੈ ਜੀ ਜੇ ਮੈਂ ਦੇਖਿਆ ਕਿ ਯਾਰ ਜ਼ਿਆਦਾ ਕਦੇ ਇਹਨਾਂ ਦੀਆਂ ਬਾਜੀਆਂ ਦਾ ਸੂਸ਼ਾ ਦੇਖਿਆ ਨਹੀਂ 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 ਪੈਂਦੇ ਨਹੀਂ ਰੌਲਾ ਇੱਧਰ ਅੱਜ ਵੀ ਨਹੀਂ ਪੈਂਦਾ ਯਾਰ ਤੁਸੀਂ ਇੱਧਰਲੇ ਪਾਸੇ ਕੁਛ ਹੋ ਅਸੀਂ ਤਾਂ ਬਸ ਇੱਧਰ ਫਰੀਦਕੋਟ ਏਰੀਆ ਕੇ ਛੱਡ ਕੇ ਕੁਛ ਆ ਵਾਦੇ ਯਾਰ ਉਹ ਛੱਡੀਆਂ ਜਿੱਤੇ ਕਿਹੜੇ ਕਿਹੜੇ ਏਰੀਏ ਨੇ ਬਾਕੀ ਜੋ ਹੋਰ ਸਾਰੇ ਜਿੱਤੇ ਆ ਯਾਰ ਤਾਂ ਵੀ ਦੱਸ ਕਿਹੜਾ ਨਹੀਂ ਤਾਂ ਵੀ ਪਤਾ ਲੱਗੇ ਵੀ ਕਿਹੜੇ ਏਰੀਏ ਜਿੱਤਿਆ ਤੇ ਮਾਨਸਾ ਵੀ ਜਿੱਤਿਆ ਕਦੇ ਐ ਹੋਇਆ ਵੀ ਯਾਰ ਪੁੱਟੋ ਇਧਰੋਂ ਜਿੱਤੇ ਜਿੱਤੇ ਦਿਖਾਵੇ ਫਿਰ ਦੇਖਾਂਗੇ ਬਾਈ ਕਹਿੰਦਾ ਹੁੰਦਾ ਹੀ ਪੁੱਤਰਾ ਆ ਸਾਡੇ ਨਹੀਂ ਆਈ ਮੈਂ ਕਿਹਾ ਲੈ ਜਾ ਜਿੱਤੇ ਦੇ ਕਹਿੰਦੇ ਮੈਂ ਕਿਹਾ ਰਾਮੇ ਛੱਡਾਂਗੇ ਹਾਂ ਆਈ 2 ਘੰਟੇ ਹੀ ਵੱਤ ਬਾਈ ਤਿੰਨਾਂ ਦੀ ਅੱਛਾ ਰਾਮੇ ਛੱਡ ਗਏ ਹਾਂ ਹੋਰ ਕੋਈ ਚੰਗੀ ਬਾਜੀ ਧਿਆਨ ਤੇ ਜਿੱਥੇ ਤੁਹਾਡਾ ਮਾਣ ਹੋਵੇ ਯਾਰ ਵੀ ਆ ਵਧੀਆ ਲੱਗੀ ਬਾਜੀ ਛੱਡ ਕੇ ਵੀ ਯਾਰ ਬੱਪੀ ਆਣੇ ਮੋੜ ਤੇ ਪਿੰਡ ਛੱਡੀ ਪਿਛਲੇ ਸਾਲ ਆਪਾਂ ਮੋੜ ਦੇ ਪਿੰਡ ਵੀ ਉੱਤੇ ਮਾਲਾ 7 ਵਜੇ 2-3 ਕੁੱਤਰ ਰਹਿ ਗਏ ਤੇ ਆਪਣੀ ਰਾਤ ਨੂੰ 10 ਵਜੇ ਵਿੱਚ ਹੀ ਗਵਾਚ ਗਈ ਫਿਰਦੀ ਅੱਛਾ ਉਹ ਮੇਰੇ ਖਿਆਲ ਨਾਲ ਜਦੋਂ ਗਾਗਣਾ ਸੀ ਬਾਜੀ ਤੇ ਕਿ ਤੁਸੀਂ ਵੀ ਮੈਂ ਬਾਜੀ ਤੇ ਨਹੀਂ ਰੌਣੇ ਵਰਗੇ ਸੀ ਆ ਮੁੰਡੇ ਅੱਛਾ ਰੌਣੇ ਕਾਲਾ ਸੀ ਮੈਂ ਲਾਈਵ ਉੱਥੇ ਆਪਣਾ ਹੀ ਸੀਗਾ ਹਾਂ ਲਾਈਵ ਤੁਹਾਡਾ ਹੀ ਸੀ ਹਾਂ ਐਸ ਵਾਰ ਬਬਲੂ ਦੇ ਨਾਲ ਜੜੀ ਪੱਤੋ ਵਾਲੇ ਦੇ ਆਪਾਂ ਹਾਂ ਬਬਲੂ ਪੱਤੋ ਬਬਲੂ ਪੱਤੋ ਆਪਣੀ ਸੀ ਉਹ ਠੀਕ ਹੈ ਚੰਗੀ ਬਹੁਤ ਵੱਡੀ ਸੀ ਸਹੀ ਹੈ ਬਾਈ ਹੋਰ ਬਾਈ ਕੋਈ ਹੈ ਕੋਈ ਮਨ ਦੇ ਵਿੱਚ ਗੱਲਬਾਤ ਕਰਨ ਵਾਲੀ
मेहनत नहीं है मान ला कल आलू बुखारे ने नहीं उड़ते गए जो घरे दाने चज दे पावे तो उड़न गए तो कॉम्पीटिशन इना टॉप है बहुत ज्यादा भाई बहुत ज्यादा कोई हल नी होया तो ले ली बाइया बुआ छे एक मुंडा बूटा अपना रिश्तेदार बलू वाली ओतू लै लू के छे कोई भी इलाज नहीं हल कर बीमारी घूमनी यार दवाई दुई लुधियाने लिया पाई सी कोई खाद एडा नहीं फर्क पै गया। अच्छा भाई जो तुसी पहला जो कर दे पहला भाई उदो भी कोई इदा दा सी उदो मान ला सियाल सूल च तक हो जाती कुलदीप गर्मी गुरमी च नहीं कदे कोई इहो जिहा कुछ होया यार कारण की मानदे उहदा भी लोग कबूतरी ज्यादा रखण लग गए भाई जां खाण पीण कबूतरी ज्यादा रखण लग गए यार मेन तां कबूतरां दा वध कारण ही है। मान ला हुण यार उदो 20-20 बच्चे कढाउंदे 25-25 सारे कबूतर रखते मैं हूं भी मेरे को अज भी मान ला 15-20 जोड़े होने वो भी आप डारा कुटा भर मैं मेन मेन जो थो मन चंगे ला दो गिनती जमा पता भी अपने आई मेन की रात भी ठीक है भाई बड़ा जिन्हें जितना उन्होंने जीती जाना बाले कट करके बाजी पर रोज छद ओद माला महीना क लगता वधिया ओदू महीना की छदा गे बाल गाने भी है बसाखी सुखी वाला नहीं छड़ते कम दूसरा वगैरा छद नहीं नहीं दूसरा नहीं छद कलिया कह छा जानते सारा कोई पर आप छद के नहीं कुछ वो मेहनत थोड़ा जहा भी उम्र के हिसाब नकई वाली आने दिन कितने टाइम लगता वाली भाजना अठा छे दिन कबूतर उड़ चलो जे भाई आप डाइया की गल करते हैं कबूतर की नहीं डाइया तो पहला दस दो जो आप कढ़ते हैं कबूतर उदो की वगैरा कर दो नॉर्मल जरा घरे आप घरे माड़ा मोटा धुप्पे पा लें 5-7 दिन कर दी धुप्पे पा के बाद दवाई धप्पा दे लें जरा डीवॉर्मिंग वगैरह कद ना कर दो बस आई गोली गाली देने लौंटर प्लस किन्न देने सत्तर देन तो पहला भी कुछ कर दो नहीं कुछ नहीं कर दे बाद च बाद दे दी एक अद्धी यार मतलब आप देती गोली देती अज देती इतों बाद खान पीन का कुछ रख दो कोई चेंज कर दो नहीं नहीं चेंज हो कुछ नहीं कर दे होर कुछ तो पहला भुखे भके रख लेते अच्छा भी दाने नहीं पाने ਕਿੰਨਾ ਕੁ ਟਾਈਮ ਉਹ ਕੀ ਚੈਕਿੰਗ ਕੀ ਹੈ ਉਹ ਚੀਜ਼ ਦੀ ਕਿਉਂ ਕਰਦੇ ਆਪਾਂ ਕਲਸਟਰ ਕਲਸਟਰ ਲੱਗ ਜਾਂਦੇ ਕਦੀ ਮਾਲਾ ਇਹ ਦਾਣੇ ਹੁਣ ਅੰਦਰ ਤਣੀ ਗਲਾਸ ਦੇ ਨਹੀਂ ਕਿ ਬਸ ਇੰਨੇ ਹੀ ਆ ਗਈ ਹੋਰ ਤਾਂ ਕੋਈ ਹੋਰ ਕੋਈ ਦੇਸੀ ਟ੍ਰੀਟਮੈਂਟ ਦੇ ਸਕਦੇ ਦੇਸੀ ਹਾਂ ਹੋਰ ਆਪਾਂ ਦੇ ਸਕਦੇ ਮੰਨ ਕੀ ਕੋਈ ਨਾਰਮਲ ਜਿਹੜਾ ਆਪਾਂ ਦੱਸ ਸਕਦੇ ਹੋਈਏ ਦਹੀਂ ਦੂਹੀ ਦੇ ਦੇ ਵੀ ਬਸ ਚੰਗੀ ਆ ਕੱਲੀ ਦਹੀਂ ਜਾਂ ਲੱਸੀ ਬਣਾ ਕੇ ਲੱਸੀ ਬਣਾ ਲਿਓ ਉਹਦੀ ਹਾਂ ਕਿੰਨੀ ਕੁ ਜਾਂ ਪਤਲੀ ਜਾਂ ਕਿਵੇਂ ਕਿ अगले दिन दे क्योंकि धोता तो जाता ना जानवर रिलैक्स करने वास्ते भी जरूरी है ना कुछ कोई होर दवाई बूटी नाल भाई कोई मेडिसिन देनी होवे कोई मेडिसिन तो कुछ नहीं दी जमें आप मेदे बात कहने लीवर वास्ते डक्का भी नहीं दिता कलदीप आपां कद यार इदा ही करते हो डाइया कि लेना डाइया तो यार दो महीने भी उड़े जाते हैं भाई डाइया का मसला है की है कबूतर कोई डाइया का मसला नहीं आ बैठा भाई जीता विसाखी वाले दिन साढ़िया 11 कबूतरियां रात नूं बाहर रह गई ठंडे दिन से ਇਹ ਬਮੀਏ ਕਬੂਤਰ ਫੜ ਕੇ ਲਿਆਏ ਸੀ ਉੱਥੇ ਭਾਈ ਦੂਜੇ ਦਿਨ ਜਿੱਤੀ ਉੱਥੋਂ
ਜਿਹੜੀ ਮੰਨ ਲਾ ਉਹ ਵਿਸਾਖੀ ਵਾਲੇ ਦਿਨ ਰਾਤ ਨੂੰ ਬਾਹਰ ਰਹਿ ਗਈ ਸੀ ਉਹ ਅਸੀਂ ਜੇਠ ਦੇ ਐਂਡ ਚ ਵੀ ਗਾਜੀ ਆਣੇ ਜਾ ਕੇ ਬਾਈ ਜਿੱਥੀ ਉਹਦੇ ਨਾਲ ਅੱਛਾ ਜਿਹੜੀ ਸੁੱਖਣ ਵਾਲੇ ਦੀ ਮਾਂ ਸੀਗੀ ਹਾਂ ਲੋਚ 46 ਟਾਂਪਰ ਦੇ ਸੀ ਬਾਈ ਉੱਥੇ ਬੁੱਲ ਬੁੱਲ ਢਾਈ ਤਿੰਨ ਵਜੇ ਖੰਭ ਨੀ ਰਿਹਾ ਹਾਂ 5:30 ਛਤਰੀ ਤੇ ਬੈਠੀ ਅੱਛਾ ਜਿਹੜੀ ਮੰਨ ਲਾ ਵਿਸਾਖੀ ਵਾਲੇ ਦਿਨ ਰਹਿ ਗਈ ਪਰ ਕੀ ਮੰਨਾਂਗੇ ਡਾਂਗਾਂ ਨੂੰ ਉਹਨਾਂ ਨੂੰ ਦੱਸ ਕਿਆ ਮੈਂ ਉਹੀ ਮੈਂ ਤਾਂ ਹੀ ਸੋਣਾ ਚੋ 2 ਮਹੀਨੇ ਵਾਲੀ ਗੱਲ ਕਰੀ ਆ ਤੁਸੀਂ ਤੇ ਹੁਣ ਵੀ ਅਸੀਂ ਤਾਂ ਚਾਰ ਚਾਰ ਪਾ ਰਹੇ ਕਿ ਜਿਹੜਾ ਕਬੂਤਰ ਆਪਣਾ ਇੱਥੇ ਟਹਿਣੇ ਗਵਾਚ ਗਿਆ ਚਾਰ ਪੰਜ ਬਾਈਆਂ ਛੱਡਿਆ ਬਾਈ ਨੂੰ ਉਹ ਮਹੀਨੇ ਦਾ ਡੋਰ 2 ਮਹੀਨੇ ਦਾ ਉੱਡੀ ਜਾਂਦਾ ਸੁੱਕਈ ਹਾਂ ਸੇਬ ਕਦੇ ਬਹੁਤ ਲੰਮੇ ਉੱਡ ਗਈ ਜਦਕਿ ਮਤਲਬ ਤਾਂ ਫਿਰ ਉਹੀ ਗੱਲ ਕਬੂਤਰ ਨੂੰ ਹੀ ਦੇਖਣਾ ਪੈਂਦਾ ਡਾਈਆਂ ਦਾ ਤਾਂ ਕਬੂਤਰ ਦੇਖਣਾ ਪੈਂਦਾ ਕਬੂਤਰ ਦੀ ਯਾਦ ਦੇਖਣੀ ਪੈਂਦੀ ਆ ਇਹ ਕੀ ਕਰਦਾ ਝਾੜ ਝੂੜ ਪੈ ਗਿਆ ਬਾਈ ਉਹਨਾਂ ਦੇ ਕਿਉਂ ਡਰਾਂਗਣੇ ਹੋਰ ਵੀ ਬਹੁਤ ਗੱਲਾਂ ਬਾਈ ਹੁਣ ਆਪਾਂ ਕੱਲੇ ਕਬੂਤਰ ਨੂੰ ਘੜੀਸੀ ਫਰੀ ਉਹਨੂੰ ਵੀ ਨਹੀਂ ਇਹਨੂੰ ਛੱਡੀ ਚਲੋ ਉਹ ਪਾੜਾ ਕਬੂਤਰ ਦਾ ਵੀ ਦੇਖਣਾ ਚਾਹੀਦਾ ਵੀ ਕਿਵੇਂ ਕੁਛ ਬਣਦਾ ਸਹੀ ਹੈ ਸਹੀ ਹੈ ਚੈੱਕ ਕਰਨਾ ਕੀ ਚਾਹੀਦਾ ਵੀਰੇ ਵੀ ਹੁਣ ਪਾਣੀ ਮਾਦਾ ਪਾਣੀ ਯਾਰ ਉਹ 5-7 ਵਾਰੀਆਂ ਸੁੱਕੇ ਸਿੱਕਣ ਵਾਲੇ ਸੋਚਦੇ ਸਾਜਦੇ ਨਹੀਂ ਮਤਲਬ ਚੈੱਕ ਹੈ ਕਿ ਵੀ ਉਹਨੂੰ ਪਤਾ ਕਿਵੇਂ ਲੱਗਦਾ ਵੀ ਹੁਣ ਪਾਣੀ ਮੰਗੂ ਪਤਾ ਜੋ ਫੜਕ ਫੜਕ ਡਿੱਗਣ ਲੱਗ ਜਾਂਦੇ ਬਸ ਉਹ ਦੇਣ ਲੱਗ ਜਾਂਦੇ ਆ ਕੀ ਗੱਲ ਲੱਗਦਾ ਜਿਹੜਾ ਫੜਕ ਫੜਕ ਡਿੱਗਣ ਲੱਗ ਜਾਂਦੇ ਉਹਨਾਂ ਨੂੰ ਦੇਣ ਲੱਗ ਜਾਂਦੇ ਆ ਉਦੋਂ ਪਾਣੀ ਦਿੰਦਾ ਜਦੋਂ ਜਮਾ ਹੀ ਮੱਚ ਗਿਆ ਕਬੂਤਰ ਐ ਮਾਰ ਲਓ ਸਹੀ ਹੈ ਬਾਈ ਚਲ ਕਹਿੰਦੇ ਵੀ ਪਾਣੀ ਛੱਡ ਦਿੰਦੇ ਕਬੂਤਰ ਪਾਣੀ ਦਾ ਚੌਥੇ ਪੰਜਵੇਂ ਛੱਡ ਦਿੰਦੇ ਬਸ ਅੱਛਾ ਬਾਈ ਕਬੂਤਰਾਂ ਦੇ ਜੋੜੇ ਕਿਹੜੇ ਹਿਸਾਬ ਨਾਲ ਤੁਸੀਂ ਲਾਉਂਦੇ ਜੋੜੇ ਦਾ ਕਦੀ ਪਿਓਂ ਵੇਖ ਲੈਂਦੇ ਵੀ ਅਸੀਂ ਮਾੜਾ ਜਿਹਾ ਯਾਰ ਵੀ ਪਤਾ ਹੀ ਹੁੰਦਾ ਆਪਾਂ ਨੂੰ ਵੀ ਖੂਨ ਥੋੜਾ ਜਿਹਾ ਦੂਰ ਕਰਕੇ ਲਾ ਦੇਈਦਾ ਜ਼ਿਆਦਾ ਕਰਕੇ ਦੇਖਦੇ ਹੋ ਖੂਨ ਦੇਖਦੇ ਹੋ ਜਾਂ ਡਾਈ ਵਗੈਰਾ ਦੇਖਦੇ ਨਹੀਂ ਨਹੀਂ ਡਾਈ ਡੂਈ ਦਾ ਕੋਈ ਚੱਕਰ ਨਹੀਂ ਹੁੰਦਾ ਹਾਂ ਮੰਨ ਲਾ ਖੂਨ ਥੋੜਾ ਜਿਹਾ ਦੂਰੋਂ ਹੋਵੇ ਵੀ ਸਕੇ ਭੈਣ ਭਰਾਵਾਂ ਚੋਣਾ ਹੋਣ ਗੱਲ ਲੰਮੇ ਕਰਕੇ ਥੋੜੇ ਲਾ ਦਿੰਦੇ ਹਾਂ ਵੀ ਕੱਲੇ ਸਕੇ ਭਰਾਵਾਂ ਦਾ ਸਕੇ ਭੈਣ ਭਰਾਵਾਂ ਨੀ ਕੱਲੇ ਅਸੀਂ ਲਾਏ ਕਦੇ ਦੂਜੂ ਤਾਂ ਮੇਲ ਦਿੰਦੇ ਮੰਨ ਲਾ ਚਾਚੇ ਚੁੱਚੇ ਭਤੀਜੇ ਭਤੁਜੇ ਦੇ ਵਿੱਚ ਜੇ ਕੋਈ ਬਾਹਲੀ ਉੱਚੇ ਉੱਡਦੇ ਆ ਕਬੂਤਰੇ ਮੈਂ ਪੱਧਰੇ ਕਰਨ ਦੀ ਗੱਲ ਕਰ ਦੋ ਉਹਦਾ ਕੀ ਨਹੀਂ ਉਹ ਐ ਫਿਰ ਜ਼ਿਆਦਾ ਕੋਈ ਕਬੂਤਰੀ ਥੋੜੀ ਰੇਵ ਲਾਉਣੀ ਪੈਂਦੀ ਹੈ ਨਾਲ ਮੰਨ ਲਾ ਹੁਣ ਕਬੂਤਰ ਇੱਕ ਆਪਣੇ ਕੋਲੇ ਗਗਨ ਕੋਲ ਆਇਆ ਵਾ ਉਹਦੀਆਂ ਪੱਠੀਆਂ ਕਢਾ ਕੇ ਰੱਖੀਆਂ ਆਪਣੇ ਮੰਨ ਲਾ ਉਹ ਥੱਲੇ ਹੀ ਉੱਡਦੇ ਆ ਗਲੀਆਂ ਵੜ ਵੜ ਉਹਨਾਂ ਨੂੰ ਵਿੱਚ ਪਾ ਲੈਂਦੇ ਆ ਉਹਨਾਂ ਨੂੰ ਬਾਹਲੇ ਉੱਚੇ ਉੱਡਣਾ ਚਲਾ ਹਾਂ ਵੀ ਉਹ ਜਾਂਦੇ ਵੀ ਨੀ ਗੇ ਇੱਕ ਤਾਂ ਇੱਕ ਵਧੀਆ ਜ਼ੋਰ ਲਾਉਂਦੇ ਥੱਲੇ ਆ ਕੇ ਬਸ ਆਹ ਹੀ ਤਰੀਕੇ ਨੇ ਉਹਨਾਂ ਦੇ ਓਕੇ ਤੇ ਜੇ ਆਪਾਂ ਦੇਖੀਏ ਬਈ ਬੱਚਿਆਂ ਦਾ ਜਿਵੇਂ ਆਪਾਂ ਕਹਿੰਦੇ ਵੀ ਆਮ ਖਾਸ ਨਾਰਮਲ ਗੱਲ ਕਰਦੇ ਆ ਬੱਚੇ ਲਾਉਣੇ ਕਦੋਂ ਆ ਜੋੜੇ ਜਿਹੜੇ ਸਹੀ ਰਹਿੰਦੇ ਯਾਰ ਸਹੀ ਤਾਂ ਹਾੜ ਚ ਹੀ ਲੱਗਦੇ ਜੋੜੇ ਯਾਰ ਇੱਕ ਹਾੜ ਨੂੰ ਪਹਿਲੀ ਹਾੜ ਨੂੰ ਹੀ ਲਾਉਣਾ ਆਪਾਂ ਤਾਂ ਮਤਲਬ ਲੋਕ ਤਾਂ ਗੇਤੇ ਵੀ ਕਢਾ ਲੈਂਦੇ ਆ ਪਰ ਆਪਾਂ ਪਹਿਲੀ ਹਾੜ ਨੂੰ ਹੀ ਲਾਉਣਾ ਵੀ ਉਹ ਵਧੀਆ ਸੈੱਟ ਰਹਿੰਦੇ ਆ ਯਾਰ ਉਹਦਾ ਕਾਰਨ ਕੀ ਆ ਪਹਿਲੇ ਹਾੜ ਨੂੰ ਕਾਰਨ ਕੀ ਆ ਵੀ ਹੁਣ ਜਿਵੇਂ ਮਤਲਬ ਭਾਦੋ ਦਾ ਮਹੀਨੇ ਚ ਵਧੀਆ ਦਿਨ ਦੋਨ ਲੱਗਣ ਲੱਗ ਜਾਂਦੇ ਕਦੀਪ ਵਧੀਆ ਉੱਡ ਜਾਂਦੇ ਆ ਭਾਦੋ ਅੱਸੂ ਚ ਦੋ ਮਹੀਨੇ ਤਾਂ ਉੱਡਣੇ ਚਾਹੀਦੇ ਆ ਜਿਹੜਾ ਕਬੂਤਰ ਕਰ ਉੱਡਣਾ ਇੰਨੇ ਕ ਤਾਂ 2 ਮਹੀਨੇ ਦਾ ਉੱਡਣੀ ਉੱਡਣੀ ਆ 1.5 ਮਹੀਨਾ ਬੰਦ ਕਰਨ ਤੋਂ ਪਹਿਲਾਂ ਮੰਨ ਲਓ ਕਿ ਇੰਨੇ ਕ ਤਾਂ ਡਾਈਆਂ ਹੋਣਗੇ ਹਾਂ ਗਾਂ ਜੋ ਆਪਾਂ ਕੱਢਦੇ ਕੁੜਦੇ ਉਦੋਂ ਡੇਗਦੇ ਨਹੀਂਗੇ ਮੰਨ ਲਓ ਉਦੋਂ ਘਰੇ ਛਤਰੀਆਂ ਤੇ ਹੀ ਆ ਜਾਂਦੇ ਆ ਇਨੀਆਂ ਦਰਖਤਾਂ ਦਰੂਤਾਂ ਚ ਨਹੀਂ ਬਣਦੇਗੇ ਅੱਛਾ ਬੰਦ ਕਰਨ ਤੋਂ ਜੋ ਬੰਦ ਆਪਾਂ ਹੁਣ ਡਾ ਕੇ ਬੰਦ ਕਰਨੇ ਆ ਉਦੋਂ ਵੀ ਕੋਈ ਜਲਾਬ ਵਗੈਰਾ ਕੁਛ ਹੋਰ ਕਰਨਾ ਪੈਂਦਾ ਉਦੋਂ ਮੜਾ ਜਾ ਡੀ ਵਾਰਮੀ ਕਰ ਦੇਵੇ ਬੱਚਿਆਂ ਬੁੱਚਿਆਂ ਨੂੰ ਥੋੜੀ ਪਤਲੀ ਜੀ ਹਲਕੀ ਮੋਟੀ ਜਾਂ ਚੰਗੀ ਤਰ੍ਹਾਂ ਹੀ ਹਲਕੀ ਕਰਦੇ ਏਡ ਬੱਚਿਆਂ ਦਾ ਡੀ ਕੀ ਪੈ ਗਿਆ ਤੂੰ ਪਹਿਲਾਂ ਓਕੇ ਮਤਲਬ ਕਰਨੀ ਜ਼ਰੂਰੀ ਆ ਚਲ ਕੀਤੀ ਆ ਵਧੀਆ ਖੁਰਾਕ ਰੂਕ ਹਾਜ਼ਮ ਹੁੰਦੀ ਰਹਿੰਦੀ ਆ ਓਕੇ ਚਲੋ ਬੰਦ ਕਰ ਲੈਂਦੇ ਆ ਬਾਈ ਉਸ ਤੋਂ ਬਾਅਦ ਖੁਰਾਕ ਵਗੈਰਾ ਦਾ ਕੀ ਨਾਰਮਲ ਚੱਲਦਾ ਸਾਲਾਂ ਚ ਕਲੀਬ ਸਰੋਂ ਤੇ ਕਣਕ ਹੀ ਜਾਏ ਤਾਂ ਪਾਉਣੇ ਹੁਣ ਤਾਂ ਬਾ ਤੇ ਉਹ ਜਦੋਂ ਬੰਦ ਕਰ ਲਿਓ ਉਦੋਂ ਸਿਆਲਾ ਹਾਂ ਨਹੀਂ ਜੋ ਸਿਆਲਾ ਹੀ ਬੰਦ ਕਰ ਲਈ ਹੁਣ ਗਾਂ ਜੋ ਠੰਡੀ ਜੀ ਹੋ ਗਈ ਛੋਲੇ ਛਾਲੇ ਨਾਲ ਪਾਉਣ ਲੱਗ ਜਾਏ ਥੋੜਾ ਥੋੜਾ ਕਿੰਨੀ ਕੁ ਕੁਆਂਟੀਟੀ ਰੱਖਦਾ ਛੋਲਿਆਂ ਦੀ ਵੈਸੇ ਛੋਲੇ ਜਿਵੇਂ ਮੰਨ ਲਾ ਯਾਰ ਸਰੋਂ ਥੋੜੀ ਵੱਧ ਹੁੰਦੀ ਆ ਕਣਕ ਘੱਟ ਹੁੰਦੀ ਆ ਛੋਲੇ ਵੀ ਸਾਫ ਜਿਹੇ ਦੇ ਹੁੰਦੇ ਬਾਕੀ ਗਾਂ ਪੱਗਣ ਚ ਛੋਲੇ ਪਾ ਦਈਦੇ 2 ਮਹੀਨਿਆਂ ਤੋਂ ਇਹ ਜਿਹੜੀ ਤੁਸੀਂ ਖੁਰਾਕ ਪਾਉਂਦੇ ਹੋ ਜਾਂ ਕਣਕ ਵਗੈਰਾ ਪਾਉਂਦੇ ਹੋ ਇਹ ਸੁੱਕੀ ਪਾਉਂਦੇ ਹੋ ਜਾਂ ਸੁੱਕੀ ਸੁੱਕੀ ਯਾਰ ਵਿੱਚ ਜਿਵੇਂ ਕਹਿੰਦਾ ਵੀ ਭਿਉਂ ਕੇ ਵੀ ਕੋਈ ਫਾਇਦਾ ਮੰਦ ਹੈ ਨਹੀਂ 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 ਜਮਾ ਸੁੱਕੀ ਰੋੜ ਵਰਗੀ ਅੱਛਾ ਕਣਕ ਇਧਰਲੀ ਵਰਤਦੇ ਹੋ ਨਹੀਂ ਆਪਾਂ ਤਾਂ ਇਧਰ ਹੀ ਡਰਾਮ ਚੋਂ ਹੀ ਵਰਤਦੇ ਹਾਂ ਯਾਰ ਘਰ ਵਾਲੇ ਜਿਹੜੀ ਵਿੱਚ ਲੋਕਾਂ ਨੇ ਹੁਣ ਬੜਾ ਚਲਾਇਆ ਬਾਹਰਲੀ ਕਣਕ ਵਾਲਾ ਕੀ ਪਤਾ ਬਾਹਰਲੀ ਯਾਰ ਕੀ ਚੀਜ਼ ਆ ਕੀ ਨਹੀਂ ਆਪਾਂ ਕਿਹੜਾ ਵੇਖੀ ਆ ਆਪਣੀਆਂ ਕਣਕਾਂ ਨਾਲੋਂ ਤਾਂ ਮੋਟੀ ਆ ਬਿਨਾਂ ਰੇਹ ਸਪਰੇ ਤੋਂ ਕਿਵੇਂ ਮੋਟੀ ਹੋ ਜੂ ਕਣਕ ਦੱਸ ਤੂੰ ਮੈਨੂੰ ਵੀ ਕੋਈ ਤਾਂ ਕੋਈ ਤਾਂ ਗੱਲ ਹੈਗੀ ਆ ਕੋਈ ਕਾਰਨ ਤਾਂ ਹੈਗਾ ਹੀ ਆ ਹੈਗਾ ਹੀ ਆ ਹਨਾ ਬਿਲਕੁਲ ਬਾਈ ਮਤਲਬ ਵੀ ਆਪਣੇ ਵਾਲੀ ਕਣਕ ਹੀ ਬੈਟਰ ਰਹਿੰਦੀ ਆ ਆਪਣੇ ਵਾਲੀ ਕਣਕ ਆਪਾਂ ਤਾਂ ਵਧੀਆ ਆ ਕੇ ਖੁਸ਼ ਆ ਓਕੇ ਹੋਰ ਕੁਛ ਕਣਕ ਨਾਲ ਜਿਹੜਾ ਚੰਗਾ ਕੋਈ ਜਿਵੇਂ ਫਰਾਂ ਫੁਰਾਂ ਵਾਸਤੇ ਕੋਈ ਖੁਰਾਕ ਨੂੰ ਚੰਗਾ ਹੈ ਕੁਛ ਫਰਾਂ ਵਾਸਤੇ ਯਾਰ ਆਹੀ ਆ ਬਿਲਰ ਮੂਲਰ ਪਾ ਦੇ ਪਾਣੀ 'ਚ 2-4 ਦਿਨ ਇਹ ਵੀ ਚੰਗੀ ਹੁੰਦੀ ਆ ਮਹੀਨੇ 'ਚ 2-4 ਹੀ ਹਾਂ ਮਹੀਨੇ 'ਚ 2-3 ਵਾਲੀ ਪਾ ਦੇ ਬਸ ਕਿੰਨੀ ਕੁ ਪਾਉਣੇ ਫਿਰ ਥੋੜ੍ਹੀ ਜਿਹੀ ਪਾ ਦੇ ਜਿਵੇਂ ਮੰਨ ਲਾ ਯਾਰ 2-4 ਐਮਐਲ ਕੁਝ 'ਚ ਓਕੇ
ਤੇ ਬਾਈ ਜੇ ਖੁੱਡਿਆਂ ਦੀ ਤੁਸੀਂ ਗੱਲ ਕਰੀ, ਖੁੱਡਿਆਂ ਦੀ ਸਫਾਈ ਜ਼ਰੂਰੀ ਕਿੰਨੀ ਕਾ? ਸਫਾਈ ਵਿੱਚ ਲੋਕ ਕਹਿੰਦੇ ਨਹੀਂ ਕਰਨੀ ਚਾਹੀਦੀ, ਨਹੀਂ ਜ਼ਰੂਰੀ ਤਾਂ ਬਹੁਤ ਹੈ, ਪਰ ਆਪਾਂ ਤਾਂ ਹੁੰਦੀ ਨਿਕਲਦੀ ਗਲਤਾਂ ਹੋਰ ਮਿਲਾਉਣਾ, ਹੁਣ ਹਰੇਕ ਨੂੰ ਚੜ੍ਹਦੀ ਆ ਕੰਬ ਜੇ ਭੈਣ ਨੇ, ਹੁਣ ਤਾਂ ਇਦੋਂ ਮਗਰੋਂ ਤਾਂ ਸਫਾਈ ਤਾਂ ਜ਼ਰੂਰੀ ਆ। ਮਤਲਬ ਜਿਵੇਂ ਵਿੱਚ ਵਿੱਚ ਕਰਦੇ ਹੀ ਨੀ, ਵਿੱਚ ਕਹਿੰਦੇ ਬਈ ਯਾਰ ਚੰਗੀ ਆ ਕਿਰਪਾ, ਥੋੜੀ ਥਿਊਰੀ ਆ ਅਗਲੇ ਦਿਮਾਗ ਦੀ ਹਨਾ, ਪਰ ਆਪਾਂ ਤਾਂ ਵੀ ਹੋ ਜਾਂਦਾ ਚੰਗੀ ਗੱਲ ਹੀ ਆ, ਜਿੰਨੀ ਸਫਾਈ ਬੈਠਣਾ ਲੱਗੂ ਯਾਰ ਦਾਣਾ ਵਧੀਆ ਖਾਣਗੇ, ਇਹ ਬਿੱਠਾ ਖਾ ਕੇ ਦਾਣੇ ਬਿਮਾਰ ਹੁੰਦੇ ਆ। ਅੱਛਾ ਜਿਹੜੀ ਇਹ ਆਪਾਂ ਕਹਿੰਦੇ ਬਈ ਬੈਵਾਦੀ ਬਣ ਜਾਂਦੀ ਆ ਕਬੂਤਰਾਂ ਨੂੰ, ਉਹ ਕਾਰਨ ਕੀ ਆ ਤੇ ਉਹਦਾ ਕੀ ਹੱਲ? ਬੈਵਾਦੀ ਯਾਰ ਬਿੱਠਾ ਬੁੱਠਾ ਵਾਲੇ ਦਾਣੇ ਦੁਣੇ ਜੋ ਕੀ ਵੱਧ ਵੁੱਧ ਪਾ ਦਿੰਦੇ ਆਪਾਂ, ਇਹਨਾਂ ਨੇ ਹੋ ਜਾਂਦੀ ਆ, ਹੋਰ ਤਾਂ ਕੀ ਹੁੰਦਾ। ਜਿਹੜੇ ਟਰੀਆਂ ਦੇ ਵਿੱਚ ਮਤਲਬ ਜਾਨਵਰ ਬਹਿੰਦੇ ਹੁੰਦੇ ਉਹ ਬਿੱਠਾ ਕਰ ਲੈਂਦੇ, ਉਹ ਸਾਫ ਸੁਥਰੇ ਰੱਖਣ। ਹਾਂ ਉਹ ਤਾਂ ਫਿਰ ਉਹਦੀ ਮਿਹਨਤ ਦੀ ਗੱਲ ਆ ਯਾਰ, ਮਿਹਨਤ ਕਰਨੀ ਜ਼ਰੂਰੀ ਆ। ਤੇ ਇਹਦਾ ਕੀ ਕੋਈ ਹੈ ਕੋਈ ਟ੍ਰੀਟਮੈਂਟ ਦੇਸੀ ਜਿਹੜਾ ਆਪਾਂ ਨੋਰਮਲ ਘਰੇ ਕਰ ਸਕਦੇ? ਕੋਈ ਟ੍ਰੀਟਮੈਂਟ ਨਹੀਂ ਯਾਰ। ਜਿਹੜੀ ਬੈ ਬਣਦੀ ਆ ਇਹ ਕਲੀਅਰ ਕਿਵੇਂ ਹੁੰਦਾ ਬਣ ਗਈ? ਇੰਨਾ ਤਾਂ ਯਾਰ ਆਪਾਂ ਨੂੰ ਵੀ ਨਹੀਂ ਇਹਦੇ ਬਾਰੇ ਪਤਾ ਕੋਈ, ਸਾਡੇ ਤਾਂ ਕਦੇ ਬਣੀ ਬੁਣੀ ਨੀ ਗੀ। ਅੱਛਾ ਤੁਹਾਡੀ ਬਣੀ ਹੋਈ ਨੀ, ਫਿਰ ਤਾਂ ਚੱਲ ਗੱਲ ਨਹੀਂ ਕਰਨੀ ਆਪਾਂ। ਤੇ ਹੋਰ ਬਾਈ ਨੋਰਮਲ ਖੁਰਾਕ ਜਿਹੜੀ ਆਪਾਂ ਗਰਮੀਆਂ ਚ ਪਾਉਂਦੇ ਆ? ਗਰਮੀਆਂ ਕਣਕ ਹੀ ਪਾਉਣੇ ਕੁਲਦੀਪ ਕੱਲੀ। ਬਦਾਮ ਕਦੋਂ ਸ਼ੁਰੂ ਕਰ ਦਿਓ? ਬਦਾਮ ਵੀ ਤਾਂ ਕੱਢ ਕੇ ਹੀ ਪਾਉਣ ਲੱਗਦੇ ਯਾਰ ਕਬੂਤਰਾਂ ਨੂੰ, ਮੰਨ ਲਾ ਬੈਠਿਆਂ ਬੂਟਿਆਂ ਨੂੰ ਨੀ ਕਦੇ ਪਾਏਗਾ। ਕਿੰਨੇ ਕੁ ਟਾਈਮ ਬਾਅਦ ਸਟਾਰਟ ਕਰ ਲੈਣਾ ਕੱਢਣ? ਜਦੋਂ ਮੰਨ ਲਾ ਕੱਢਣ ਲੱਗ ਗਏ ਜਿਹੜਾ ਸਿੱਧੇ ਆਉਂਦਾ ਉਹਨੂੰ ਪਾਉਣ ਲੱਗ ਜਾਂਦੇ, ਉਦੋਂ ਹੀ ਸਟਾਰਟ ਕਰ ਲੈਣਾ ਘਰੇ ਆਉਣ ਨੂੰ। ਹਾਂ ਵਰਤਦੇ ਕਿਹੜੇ ਹੋ ਬਾਈ? ਵਰਤਦੇ ਯਾਰ ਜਗਰਾਉਂ ਤੋਂ ਹੀ ਲਿਆਉਂਦੇ ਆਪਾਂ, ਉਹ ਗੱਟੇ ਜਿਹੜੇ ਕੈਲੀਫੋਰਨੀਆ ਵਾਲੇ ਹੁੰਦੇ ਆ। ਕਿਵੇਂ ਕਿਵੇਂ ਰਿਜ਼ਲਟ ਉਹਦਾ? ਵਧੀਆ ਰਿਜ਼ਲਟ ਹੈ ਯਾਰ ਉਹਨਾਂ ਦਾ। ਹਾਂ ਓਕੇ, ਸਹੀ ਰਹਿੰਦੇ ਆ, ਕੋਈ ਪ੍ਰੋਬਲਮ ਕਿਸ ਤਰ੍ਹਾਂ ਦੀ? ਨਹੀਂ ਨਹੀਂ ਕੋਈ ਪ੍ਰੋਬਲਮ। ਅੱਛਾ ਬਦਾਮਾਂ ਨਾਲ ਵੀ ਬਾਈ ਪੈ ਬਣਦੀ ਆ? ਨਹੀਂ ਯਾਰ ਬਦਾਮਾਂ ਨਾਲ ਤਾਂ ਨਹੀਂ ਇੰਨੀ ਬਣਦੀ। ਬਦਾਮਾਂ ਨਾਲ ਕਣਕ ਪਾਉਣੀ ਜ਼ਰੂਰੀ ਆ ਨਾਲ, ਇਕੱਲੇ ਬਦਾਮਾਂ ਨੂੰ ਪ੍ਰੋਬਲਮ, ਮਿੱਠਾ ਮੁੱਠਾ ਵਧੀਆ ਮਾਰਦੇ ਯਾਰ। ਹਾਂ ਕਣਕ ਨਾਲ ਓਕੇ ਸਹੀ ਆ। ਅੱਛਾ ਜੇ ਆਪਾਂ ਬਿੱਠ ਦੀ ਗੱਲ ਕਰਦੇ ਹਾਂ ਬਾਈ, ਸਹੀ ਤੰਦਰੁਸਤ ਕਬੂਤਰ ਦੀ ਬਿੱਠ ਕਿੱਦਾਂ ਦੀ ਆ? ਤੰਦਰੁਸਤ ਤਾਂ ਖੱਟੀ ਮਾਰੂ ਯਾਰ, ਮੱਕੀ ਦੇ ਆਟੇ ਵਰਗੀ, ਜਿਹੜੀ ਆਪਾਂ ਬਾਜਮੀ ਕਹਿ ਦਿੰਦੇ ਹਾਂ। ਹਾਂ ਬਾਜਮੀ ਗੋਲ ਬੈਠ ਜਿਹੜੀ, ਹਾਂ ਸਹੀ ਤੰਦਰੁਸਤ ਹੈ, ਤੰਦਰੁਸਤ ਹੀ ਮਾਰੂ ਉਹ। ਅੱਛਾ ਕੋਈ ਬਿਮਾਰੀ ਦਾ ਸਾਹਮਣਾ ਹੋਇਆ ਬਾਈ ਕਦੇ ਕੁੰਡੇ 'ਚ ਜਿਹੜਾ ਠੀਕ ਕਰਿਆ ਹੋਵੇ ਤੁਸੀਂ? ਬਿਮਾਰੀ ਤਾਂ ਯਾਰ ਇਹਨੂੰ ਬਿਮਾਰੀਆਂ ਤਾਂ ਪੈਂਦੀਆਂ ਹੀ ਰਹਿੰਦੀਆਂ ਯਾਰ ਕੁਲਦੀਪ, ਫਿਰ ਵੀ ਜਦੋਂ ਕੋਈ ਬਿਮਾਰੀ ਪੈਂਦੀ ਆਪਾਂ ਟ੍ਰੀਟਮੈਂਟ ਕਰਦੇ ਹਾਂ ਕੁਝ ਦਾ, ਕੋਈ ਟ੍ਰੀਟਮੈਂਟ ਕਰ ਲਈ ਜੇ ਲੋਟ ਹੈ ਉਹ ਤਾਂ ਐਡੀ ਨਹੀਂ ਗੱਲ ਕੋਈ, ਜਿਵੇਂ ਅੱਖਾਂ ਆ ਜਾਂਦੀਆਂ ਨੇ। ਨਹੀਂ ਅੱਖਾਂ ਉੱਖਾਂ ਤਾਂ ਨੋਰਮਲ ਹੀ ਗੱਲ ਆ ਯਾਰ, ਤਾਂ ਅੱਖਾਂ ਸਾਡੇ ਪਹਿਲਾਂ ਹੋ ਜਾਂਦੀਆਂ ਕੁਲਦੀਪ, ਹੁਣ ਤਾਂ ਬਾਬੇ ਹੀ ਮਿਹਰ ਆ। ਏਦਾਂ ਇਨਰੋਸੀਨ ਦਵਾਈ ਨੀ ਜਿਹੜੀ ਆ, ਮੰਨ ਲਾ ਤਿੰਨ ਚਾਰ ਦਿਨ ਕੁਝ ਐਂ ਪਾ ਦਿੰਦੇ ਆ, ਕਿੰਨੀਆਂ ਅੱਖਾਂ ਖਰਾਬ ਹੋਣ ਨਾਲ ਜਿਹੜਾ ਠੀਕ ਹੋ ਜਾਂਦਾ। ਇੱਕ ਹੋਰ ਵੀ ਪਹਿਲਾਂ ਵਾਲੀਆਂ ਅੱਖਾਂ ਆਉਣ ਦੇ ਤੇ ਹੁਣ ਵਾਲੀਆਂ ਅੱਖਾਂ ਆਉਣ ਚ ਵੀ ਬਹੁਤ ਫਰਕ ਆ ਜਾਂਦਾ ਬਾਈ। ਨਹੀਂ ਨਹੀਂ ਇਹਦੇ ਨਾਲ ਹੋ ਜਾਂਦੇ ਯਾਰ, ਜਿੱਡੀ ਮਰਜ਼ੀ ਵਾਇਰਸ ਹੋ ਯਾਰ। ਇਨਰੋਸੀਨ ਦਵਾਈ ਚੰਗੀ ਕੰਪਨੀ ਦੀ ਹੋਵੇ ਨਾ, ਤਿੰਨ ਚਾਰ ਦਿਨ ਕੁਝ ਐਂ ਪਾਈ ਹੋਵੇ। ਤੁਸੀਂ ਕਿਹੜੀ ਕੰਪਨੀ ਦੀ ਪਾਉਂਦੇ ਹੋ? ਇਧਰ ਮੁੰਡਾ ਆਉਣਾ ਸੇਖੇ ਵਾਲਾ ਆਪਣਾ ਚੇਲਾ, ਉਹਦੇ ਪੋਲਟਰੀ ਫਾਰਮ ਆ ਉਹਦਾ, ਮੰਨ ਲਾ ਉਹ ਤੋਂ ਮਗਾਮ ਕੋਲ ਲਈ ਦੀ ਆ। ਅੱਛਾ ਉਹ ਪਾਉਂਦੇ ਹੋ? ਹਾਂ। ਚਲੋ ਤੇ ਬਾਈ ਕੋਈ ਦਰਸ਼ਕ ਵੀਰਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ? ਸੁਝਾਅ ਤਾਂ ਆਪਾਂ ਇਹੀ ਹੈ ਵੀ ਵਧੀਆ ਰਿਹਾ ਕਰੋ, ਲੜੋ ਭਿੜੋ ਨਾ ਕਿਸੇ ਨਾਲ, ਉਹ ਪਿਆਰ ਨਾਲ ਇੱਥੇ ਰਹਿਣਾ ਸਾਰਾ ਕੁਛ ਕਹਿੰਦੇ। ਸਹੀ ਗੱਲ ਬਾਈ, ਸਹੀ ਗੱਲ ਹੈ ਨਾ। ਬਿਲਕੁਲ ਬਾਈ ਬਿਲਕੁਲ, ਬਾਈਆਂ ਵਧੀਆ ਕਰਾਇਆ ਕਰੋ ਕਹਿੰਦੇ, ਸਹੀ ਢੰਗ ਨਾਲ। ਸਹੀ ਹੈ ਬਾਈ, ਇਹਦਾ ਪੱਖਪਾਤ ਨਾ ਕਰੋ, ਕਬੂਤਰ ਨੂੰ ਬਾਜੀ ਦਿਓ ਯਾਰ, ਵੱਡੀ ਗੱਲ ਆ। ਬੰਦੇ ਨੂੰ ਦਿਓ ਹੀ ਨਾ ਭਲਾ, ਕਿੱਡਾ ਕੋਈ ਸੱਜਣ ਮਿੱਤਰ ਹੈ ਆਹ ਬੰਦੇ ਬੈਠੇ ਮੱਲੇ ਵਾਲੇ। ਸਾਡੇ ਪਿੰਡ ਬਾਜੀ ਸੀ 2006-07 ਦੀ ਗੱਲ ਹੋ ਗਈ, ਅਸੀਂ ਬਾਜੀ ਮਾਲਾ ਕਬੂਤਰ ਰੱਖਣ ਤੋਂ ਕਦੀ ਪਹਿਲਾਂ ਹੀ ਬਾਜੀ ਕਰਾਉਂਦੇ ਸੀ। ਅੱਛਾ ਸਾਡੇ ਪਿੰਡ ਪੁਰਾਣੀ ਬਾਜੀ ਛੁੱਟਦੀ ਸਾਡੇ, ਓਕੇ ਪਹਿਲੀ ਹਾੜ ਦੀ ਮਾਲਾ ਇਹਨਾਂ ਦਾ ਕਬੂਤਰ ਸੀ, ਆਪਾਂ ਹੀ ਸਾਂਭ ਕੇ ਛੱਡਿਆ ਜੀ। ਮਾਲਾ 7 ਵਜੇ 2 ਮਿੰਟ ਰਹਿੰਦੇ ਖੜੇ, ਡੂਢ ਮਿੰਟ ਤੇ ਸਾਡੇ ਸਾਹਮਣੇ ਉਹ ਟਾਵਰ ਤੇ ਟੱਚ ਮਾਰਿਆ, ਆਪਾਂ ਨਾਲ ਦੀ ਨਾਲ ਝੀਟ ਮਾਰਤੀ। ਵਿੱਚ ਬੰਦਿਆਂ ਦੇ ਵੀ ਟਾਈਮ ਹੋ ਗਿਆ, ਨਹੀਂ ਕਿੰਨੀ ਕਿਸੇ ਨੇ ਲਿਆ ਜਾ ਉਹਦੇ ਤਾਂ ਕਬੂਤਰਬਾਜੀ ਆ, ਉਹਦੇ ਉੱਡਣਾ ਦਾ ਜਾਨਵਰ ਨੇ ਬਾਈ, ਆਪਾਂ ਅਗਲੇ ਦੀ 1.5-2 ਮਹੀਨਿਆਂ ਦੀ ਮਿਹਨਤ ਨਾਲ ਦਗਾ ਕਰਦੇ ਆ ਜੇ ਆਪਾਂ ਇਹ ਚੀਜ਼ ਕਰਦੇ ਆ। ਬਾਈ ਗੁਰਦੇਵ ਕਾ ਸਾਡੇ ਪਿੰਡ 30 ਸਕਿੰਟ ਰਹਿੰਦੇ ਬਹਿ ਗਏ, ਉਹ ਵੀ ਘੱਟਤਾ ਜੀ ਅਸੀਂ। ਚਲੋ ਤੇ ਬਹੁਤ ਬਹੁਤ ਧੰਨਵਾਦ ਬਾਈ ਉਸਤਾਦ ਪੁੱਟੋ ਲਾਂਬਾਲੀ ਜੀ ਦਾ ਤੇ ਬਾਈ ਜੀਤੇ ਦਾ।
ਤੇ ਜਿੰਨੇ ਵੀ ਭਰਾ ਇੱਥੇ ਪਹੁੰਚੇ ਨੇ ਸੇਵ ਕਰਕੇ ਸਾਰਿਆਂ ਦਾ ਹੀ ਧੰਨਵਾਦ ਤੇ ਬਾਕੀ ਵੀਰੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸੋ ਜੀ ਬਹੁਤ ਬਹੁਤ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ